ਹਾਂਜੀ, ਅੱਜ ਦੀ ਜਨਰਲ ਸਾਇੰਸ ਦੀ ਵੀਡੀਓ 'ਚ ਆਪਾਂ ਫਿਜਿਕਸ ਦਾ ਇੰਪੋਰਟੈਂਟ ਜਿਹੜਾ ਚੈਪਟਰ ਹੈਗਾ ਮੋਸ਼ਨ ਯਾਨੀ ਕਿ ਗਤੀ, ਇਸ ਚੈਪਟਰ ਦੀ ਆਪਾਂ ਰਿਵੀਜ਼ਨ ਕਰਾਂਗੇ ਵਨ ਲਾਈਨਰ ਕੁਐਸਚਨ ਦੇ ਨਾਲ। ਜਿਵੇਂ ਤੁਸੀਂ ਥੰਬਨੇਲ 'ਚ ਵੇਖਿਆ ਕਿ ਇਹ ਵੀਡੀਓ ਤੁਹਾਡੇ ਲਈ ਰਾਮਬਾਣ ਸਾਬਿਤ ਹੋਵੇਗੀ, ਤਾਂ ਤੁਸੀਂ ਬਿਲਕੁਲ ਸਹੀ ਵੇਖਿਆ ਜੀ, ਇਹ ਵੀਡੀਓ ਬਿਲਕੁਲ ਤੁਹਾਡੇ ਲਈ ਰਾਮਬਾਣ ਹੀ ਸਾਬਿਤ ਹੋਵੇਗੀ। ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਉਸ ਵਿੱਚ ਜੇਕਰ ਸਾਇੰਸ ਪੁੱਛੀ ਜਾਂਦੀ ਹੈ, ਤਾਂ ਤੁਸੀਂ ਸਾਡੇ ਚੈਨਲ ਤੋਂ ਸਾਇੰਸ ਦੀਆਂ ਵੀਡੀਓ ਵੇਖ ਸਕਦੇ ਹੋ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਡਾ ਥੋੜ੍ਹਾ ਜਿਹਾ ਸਮਾਂ ਲੈਣਾ ਚਾਹੁੰਦਾ। ਫਸਟ ਗੱਲ ਇਹ ਹੈਗੀ ਹੈ ਕਿ ਇਸ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਤੁਸੀਂ ਇੱਕ ਵੀਡੀਓ ਹੋਰ ਹੈਗੀ ਹੈ ਜੀ ਮੋਸ਼ਨ ਚੈਪਟਰ ਦੀ, ਮੋਸ਼ਨ ਚੈਪਟਰ ਦੀ, ਉਸ ਵਿੱਚ ਕੀ ਹੈ ਕੋਨਸੈਪਟ ਤੁਹਾਨੂੰ ਕਲੀਅਰ ਕਰਾਇਆ ਹੋਇਆ। ਤੁਸੀਂ ਪਹਿਲਾਂ ਉਹ ਵੀਡੀਓ ਵੇਖਣੀ ਹੈ, ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ ਜੇਕਰ ਕਿਸੇ ਨੇ ਨਹੀਂ ਵੇਖੀ ਤਾਂ। ਉਹ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਆਹ ਸੈਕਿੰਡ ਵੀਡੀਓ ਵੇਖਣੀ ਹੈ ਮੋਸ਼ਨ ਚੈਪਟਰ ਦੇ ਵਨ ਲਾਈਨਰ ਕੁਐਸਚਨ ਦੀ। ਜੇਕਰ ਤੁਸੀਂ ਇਹ ਦੋਵੇਂ ਵੀਡੀਓ ਵੇਖ ਲੈਂਦੇ ਹੋ, ਤਾਂ ਫਿਰ ਇਸ ਤੋਂ ਬਾਅਦ ਤੁਹਾਨੂੰ ਇਹ ਚੈਪਟਰ ਵੇਖਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੀ। ਉਸ ਤੋਂ ਬਾਅਦ ਤੁਸੀਂ ਜਿਹੜੇ ਇਸ ਚੈਪਟਰ ਦੇ ਐਮ ਸੀ ਕਿਊ ਕੁਐਸਚਨ ਕਰ ਸਕਦੇ ਹੋ। ਫਸਟ ਗੱਲ ਤਾਂ ਇਹ ਹੈਗੀ ਹੈ, ਅਤੇ ਸੈਕਿੰਡ ਗੱਲ ਹੈਗੀ ਹੈ ਜੀ, ਮੈਨੂੰ ਕਾਫੀ ਸਟੂਡੈਂਟ ਦੇ ਮੈਸੇਜ ਅਤੇ ਕਮੈਂਟ ਆ ਰਹੇ ਨੇ ਕਿ ਸਰ ਤੁਸੀਂ ਸਾਇੰਸ ਦੇ ਐਮ ਸੀ ਕਿਊ ਕੁਐਸਚਨ ਕਰਾਓ ਵੱਧ ਤੋਂ ਵੱਧ ਜਿੰਨਾ ਹੋ ਸਕੇ, ਕਿਉਂਕਿ ਸਾਡੇ ਕੋਲ ਟਾਈਮ ਘੱਟ ਹੈਗਾ ਅਤੇ ਅਸੀਂ ਜ਼ਿਆਦਾ ਜਿਹੜੇ ਕੁਐਸਚਨ ਕਰਨੇ। ਤਾਂ ਉਹਨਾਂ ਸਟੂਡੈਂਟ ਨੂੰ ਮੈਂ ਇੱਕ ਸੁਝਾਅ ਦੇਣਾ ਚਾਹੁੰਦਾ ਕਿ ਜਦੋਂ ਤੱਕ ਤੁਹਾਨੂੰ ਕਿਸੇ ਚੈਪਟਰ ਦਾ, ਜਿਵੇਂ ਕੋਈ ਸਾਇੰਸ ਹੋ ਗਈ ਜਾਂ ਫਿਰ ਕੋਈ ਵੀ ਸਬਜੈਕਟ ਹੋਵੇ, ਉਸ ਦਾ ਕੋਨਸੈਪਟ ਕਲੀਅਰ ਨਹੀਂ ਹੈਗਾ ਨਾ, ਤਾਂ ਤੁਹਾਨੂੰ ਐਮ ਸੀ ਕਿਊ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਮਤਲਬ ਕਿ ਇੰਨਾ ਫਾਇਦਾ ਨਹੀਂ ਹੋਵੇਗਾ ਜੀ ਤੁਹਾਨੂੰ ਐਮ ਸੀ ਕਿਊ ਕਰਨ ਦਾ, ਕਿਉਂਕਿ ਤੁਹਾਨੂੰ ਜੇਕਰ ਕੋਨਸੈਪਟ ਕਿਸੇ ਚੀਜ਼ ਦਾ ਕਲੀਅਰ ਨਹੀਂ ਹੈਗਾ, ਤਾਂ ਐਮ ਸੀ ਕਿਊ ਨੂੰ ਰੱਟਾ ਮਾਰਨ ਨਾਲ ਕੋਈ ਫਾਇਦਾ ਨਹੀਂ ਹੈਗਾ, ਇਹ ਰੱਟੇ ਸਾਰੇ ਇੱਥੇ ਹੀ ਰਹਿ ਜਾਂਦੇ ਨੇ। ਇਹ ਗੱਲ ਮੈਂ ਕਿਉਂ ਕਹਿ ਰਿਹਾ, ਕਿਉਂਕਿ ਕਾਫੀ ਸਟੂਡੈਂਟ ਨੇ ਜੋ ਫਰੈਸ਼ਰ ਨੇ, ਜੋ ਫਸਟ ਟਾਈਮ ਕੰਪੀਟੀਸ਼ਨ ਦਾ ਐਗਜ਼ਾਮ ਦੇ ਰਹੇ ਨੇ, ਤਾਂ ਉਹਨਾਂ ਨੂੰ ਮੈਂ ਇਹੀ ਦੱਸਣਾ ਚਾਹੁੰਦਾ ਕਿ ਘਰੇ ਬਹਿ ਕੇ ਬੁੱਕਸ ਪੜ੍ਹੋ, 9th ਅਤੇ 10th ਕਲਾਸ ਦੀ ਬੁੱਕਸ ਪੜ੍ਹੋ ਤੁਸੀਂ, ਜਾਂ ਫਿਰ ਹੋਰ ਵੀ ਯੂਟਿਊਬ ਤੋਂ ਕੋਈ ਵੀ ਵੀਡੀਓ ਵੇਖੋ, ਉਹਦੇ ਵਿੱਚ ਤੁਸੀਂ ਕੋਨਸੈਪਟ ਸਮਝਣ ਦੀ ਕੋਸ਼ਿਸ਼ ਕਰੋ। ਉਸ ਤੋਂ ਬਾਅਦ ਤੁਸੀਂ ਐਮ ਸੀ ਕਿਊ ਕੁਐਸਚਨ ਕਰੋ, ਵਨ ਲਾਈਨਰ ਕੁਐਸਚਨ ਕਰੋ, ਤਾਂ ਜੋ ਤੁਹਾਨੂੰ ਸਮਝ ਜਾ ਸਕਣ। ਜਿਵੇਂ ਮੇਰੀ ਆਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਾਇੰਸ ਦੀ ਹਰੇਕ ਵੀਡੀਓ 'ਚ ਕੋਨਸੈਪਟ ਕਰਾਉਣ ਦੀ ਕੋਸ਼ਿਸ਼ ਕਰਦਾ ਕਿ ਮੈਂ ਜਿੰਨਾ ਵੀ ਕਰਾ ਸਕਾਂ ਵਧੀਆ ਕਰਾਵਾਂ, ਉਹਨਾਂ ਵੀ ਸਮਝ ਆਵੇ, ਕਿਉਂਕਿ ਤੁਸੀਂ ਅੱਗੇ ਟੀਚਰ ਬਣਨ ਜਾ ਰਹੇ ਹੋ, ਤੁਹਾਨੂੰ ਵੀ ਨੌਲੇਜ ਹੋਣੀ ਚਾਹੀਦੀ ਹੈ। ਹਾਂਜੀ, ਤੀਜੀ ਗੱਲ ਇਹ ਹੈਗੀ ਹੈ ਕਿ ਮੇਰਾ ਇਹੀ ਮੋਟਿਵ ਹੁੰਦਾ ਰਹਿੰਦਾ ਕਿ ਮੈਂ ਤੁਹਾਨੂੰ ਸਾਇੰਸ ਵਿੱਚ ਜਿੰਨੀ ਹੋ ਸਕੇ, ਜਿੰਨੀ ਮੈਂ ਕਰ ਸਕਦਾ, ਵੱਧ ਤੋਂ ਵੱਧ ਤੁਹਾਨੂੰ ਹੈਲਪ ਕਰਾਂ। ਅਤੇ ਮੇਰਾ ਕੋਈ ਵੀ ਲੈਕਚਰ ਪੇਡ ਨਹੀਂ ਹੈਗਾ ਜੀ, ਕੋਈ ਵੀ ਲੈਕਚਰ ਪੇਡ ਨਹੀਂ ਹੈਗਾ, ਅਤੇ ਨਾ ਹੀ ਮੈਂ ਕੋਈ ਪੇਡ ਗਰੁੱਪ ਬਣਾਇਆ ਜੀ। ਮੇਰੀ ਸਾਰੀ ਵੀਡੀਓ ਫ੍ਰੀ ਹੁੰਦੀਆਂ ਨੇ, ਤਾਂ ਜੋ ਤੁਸੀਂ ਵੇਖ ਸਕੋ। ਅਤੇ ਮੇਰੀ ਤੁਹਾਡੇ ਅੱਗੇ ਇਹੀ ਗੁਜ਼ਾਰਿਸ਼ ਹੁੰਦੀ ਹੈ ਕਿ ਮੇਰੀ ਵੀਡੀਓ ਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਅਤੇ ਵੀਡੀਓ ਨੂੰ ਲਾਈਕ ਕਰਿਆ ਕਰੋ, ਕਿਉਂਕਿ ਤੁਹਾਡੇ ਇੱਕ ਇੱਕ ਲਾਈਕ ਦੇ ਕਾਰਨ ਮੈਨੂੰ ਹੌਸਲਾ ਮਿਲਦਾ ਜੀ ਤੁਹਾਡੇ ਅੱਗੇ ਨਵੀਂ ਨਵੀਂ ਵੀਡੀਓ ਲੈ ਕੇ ਆਉਣ ਦਾ। ਅਤੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਤਾਂ ਜੋ ਹਰੇਕ ਵਿਦਿਆਰਥੀ ਨੂੰ ਵੀ ਇਸ ਵੀਡੀਓ ਦਾ ਫਾਇਦਾ ਹੋ ਸਕੇ। ਹਾਂਜੀ, ਅੱਜ ਦੀ ਵੀਡੀਓ ਦਾ ਆਪਾਂ ਟਾਰਗੇਟ ਰੱਖਦੇ ਹਾਂ ਜੀ 2000 ਲਾਈਕ ਦਾ। ਜੇਕਰ ਵੀਡੀਓ 'ਤੇ 2000 ਲਾਈਕ ਆਉਂਦੇ ਨੇ, ਤਾਂ ਇਸੇ ਤਰ੍ਹਾਂ ਜਿਵੇਂ ਅੱਜ ਦੀ ਵੀਡੀਓ ਹੋਵੇਗੀ, ਇਸੇ ਤਰ੍ਹਾਂ ਮੈਂ ਬਾਕੀ ਚੈਪਟਰ ਦੀ ਵੀ ਤੁਹਾਨੂੰ ਰਿਵੀਜ਼ਨ ਕਰਾਵਾਂਗਾ, ਅਤੇ ਨਾਲ ਨਾਲ ਬਾਕੀ ਚੈਪਟਰ ਦੇ ਕੋਨਸੈਪਟ ਵੀ ਤੁਹਾਨੂੰ ਮੈਂ ਕਲੀਅਰ ਕਰਾਉਂਦਾ ਜਾਵਾਂਗਾ। ਅਤੇ ਅੱਜ ਦੀ ਵੀਡੀਓ 'ਚ ਜਿੰਨੇ ਵੀ ਆਪਾਂ ਵਨ ਲਾਈਨਰ ਕੁਐਸਚਨ ਕਰਾਂਗੇ, ਇਹ ਸਿਰਫ 9th ਕਲਾਸ ਦੀ ਸਾਇੰਸ ਦੀ ਬੁੱਕ 'ਚੋਂ ਹੋਣਗੇ, ਅਤੇ ਆਪਾਂ ਕੁਐਸਚਨ ਦੇ ਨਾਲ ਨਾਲ ਉਹਨਾਂ ਦੇ ਪੂਰੇ ਡਿਟੇਲ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ। ਕਹਿਣ ਦਾ ਮਤਲਬ ਕਿ ਐਕਸਟਰਾ ਨੌਲੇਜ ਵੀ ਮੈਂ ਤੁਹਾਨੂੰ ਦਿੰਦਾ ਰਹਾਂਗਾ। ਹਾਂਜੀ, ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਹਾਂਜੀ, ਸਟਾਰਟ ਕਰਦੇ ਹਾਂ ਫਸਟ ਕੁਐਸਚਨ ਤੋਂ। ਫਸਟ ਕੁਐਸਚਨ ਦਿੱਤਾ ਜੀ, ਗਤੀ ਕੀ ਹੁੰਦੀ ਹੈ? ਹਾਂਜੀ, ਤੁਹਾਨੂੰ ਪਤਾ ਹੋਵੇਗਾ ਗਤੀ ਮੋਸ਼ਨ ਅਤੇ ਰੈਸਟ ਬਾਰੇ। ਇੱਕ ਹੁੰਦਾ ਜੀ ਵਿਰਾਮ ਅਵਸਥਾ, ਅਤੇ ਇੱਕ ਹੁੰਦੀ ਹੈ ਗਤੀ ਦੀ ਅਵਸਥਾ। ਆਪਾਂ ਪੜ੍ਹਨੀ ਹੈ ਗਤੀ ਕੀ ਹੁੰਦੀ ਹੈ ਕਿ ਜਦੋਂ ਕੋਈ ਵਸਤੂ ਸਮੇਂ ਦੇ ਨਾਲ ਆਪਣੀ ਸਥਿਤੀ ਵਿੱਚ ਪਰਿਵਰਤਨ ਕਰਦੀ ਹੈ ਤਾਂ ਉਸਨੂੰ ਆਪਾਂ ਕੀ ਕਹਿੰਦੇ ਹਾਂ? ਗਤੀ। ਯਾਨੀ ਕਿ ਇੱਕ ਰੈਸਟ ਦੀ ਪੋਜੀਸ਼ਨ ਹੈਗੀ ਹੈ ਅਤੇ ਇੱਕ ਮੋਸ਼ਨ ਦੀ। ਜਿਵੇਂ ਕਿ ਆ ਕਾਰ ਖੜੀ ਹੈ ਇੱਥੇ, ਸਵੇਰ ਦੀ ਖੜੀ ਹੈ, ਅਤੇ ਦੂਜੀ ਕਾਰ ਹੈਗੀ ਹੈ ਜਿਹੜੀ ਸਵੇਰ ਦੀ ਖੜੀ ਸੀ ਪਰ ਦੁਪਹਿਰ ਦੇ ਟਾਈਮ ਇੱਥੇ ਆ ਗਈ ਅਤੇ ਸ਼ਾਮ ਦੇ ਟਾਈਮ ਇੱਥੇ ਆ ਗਈ। ਯਾਨੀ ਕਿ ਆਹ ਕੀ ਕਰ ਰਹੀ ਹੈ? ਗਤੀ ਕਰ ਰਹੀ ਹੈ। ਫਸਟ ਸੈਕਿੰਡ ਕੀ ਹੋ ਗਿਆ? ਇਸ ਤੋਂ ਕੀ ਪਤਾ ਲੱਗਦਾ ਕਿ ਜਿਹੜੀ ਵਸਤੂ ਸਮੇਂ ਦੇ ਨਾਲ, ਟਾਈਮ ਦੇ ਨਾਲ ਆਪਣੀ ਜਿਹੜੀ ਸਥਿਤੀ ਵਿੱਚ ਪਰਿਵਰਤਨ ਕਰੇ ਉਹਨੂੰ ਆਪਾਂ ਕੀ ਕਹਾਂਗੇ ਜੀ? ਗਤੀ ਕਹਾਂਗੇ। ਉਹਨੂੰ ਕਿਹੜੀ ਅਵਸਥਾ ਕਹਾਂਗੇ? ਗਤੀ ਅਵਸਥਾ ਜੀ। ਨੈਕਸਟ ਕੁਐਸਚਨ ਦਿੱਤਾ ਹੋਇਆ, ਨਿਯੰਤ੍ਰਿਤ ਗਤੀ ਦਾ ਮਨੁੱਖਾਂ ਲਈ ਇੱਕ ਉਪਯੋਗ ਲਿਖੋ। ਹਾਂਜੀ, ਨਿਯੰਤ੍ਰਿਤ ਗਤੀ ਦਾ ਆਪਾਂ ਇੱਕ ਉਪਯੋਗ ਦੱਸਣਾ ਹੈ ਕਿ ਪਾਣੀ ਦੇ ਡੈਮ ਬਣਾ ਕੇ ਬਿਜਲੀ ਉਤਪਾਦਨ ਕਰਨਾ। ਹਾਂਜੀ, ਜਿਵੇਂ ਪਾਣੀ ਦਾ ਡੈਮ ਬਣਾ ਕੇ ਟਰਬਾਈਨ ਦੇ ਉੱਤੇ ਜਦੋਂ ਪਾਣੀ ਪੈਂਦਾ ਹੈ, ਤਾਂ ਆਹ ਜਿਹੜੀ ਗਤੀ ਹੈਗੀ ਹੈ, ਆਹ ਕਿਹੜੀ ਗਤੀ ਹੈਗੀ ਜੀ? ਨਿਯੰਤ੍ਰਿਤ ਗਤੀ।
नैक्सट क्वेश्चन वाल चलते हैं। नैक्सट क्वेश्चन हैगा वस्तु की दूरी जानने लई किस गल की लोड़ नहीं होंगी। हाँ जी क्वेश्चन इंपोर्टेंट हैगा वस्तु की दूरी जानने लई किस गल की जिहड़ी लोड़ नहीं होंगी तो गति की दिशा की लोड़ नहीं होंगी। जिमें कोई व्यक्ति हैगा तो इन्हें कॉलेज जाना जिमें आ कॉलेज हैगा तो इस तरह होकर रस्ता हैगा तो कॉलेज आता तो की है जो आप वस्तु की दूरी जाननी है कि कॉलेज तो जिमें 10 किलोमीटर की दूरी हैगी पर रस्ता वेखो किस तरह हैगा तो की कहता है कि गति की दिशा यानी कि आप किस दिशा में गति करके गया है वह जानने की अपन जरूरत नहीं होंगी जो आप वस्तु की दूरी जाननी हो। हाँ जी इन क्वेश्चन की पी डी एफ जेकर तुहाडे कोल नहीं हैगी है तो साडा एक टैलीग्राम चैनल हैगा जी इट्स जीके गुरु जी नाँ ते चैनल हैगा वो तुसी ज्वाइन कर सकते हो उत्थे तुहानूं इस क्वेश्चन की जिहड़ी पी डी एफ मिल जाएगी। नैक्सट क्वेश्चन की हैगा जी वस्तु का विस्थापन की हुंदा है। आ क्वेश्चन भी वेरी वेरी इंपोर्टेंट हैगा वस्तु का विस्थापन की हुंदा है तो की दिता गया जी वस्तु की अंतिम स्थिति अते आरंभिक स्थिति दे विचकारले न्यूनतम दूरी नूं की कहिंदे ने विस्थापन कहिंदे ने। किवें जी समझदे आ एक हुंदा है दूरी तो एक हुंदा जी विस्थापन दोवां विच बहुत ज़्यादा अंतर हैगा। वेखदे आ दूरी किवें जिवें आ व्यक्ति हैगा कोई तो इत्थे दा कॉलेज बनिया इस तरह जिवें 10 किलोमीटर दूर ते कॉलेज हैगा तो दो रस्ते हैगे एक रस्ता एवें होके आंदा आ इहनूं जिवें पैंदा जी 25 किलोमीटर तो आ एक रस्ता हैगा शॉर्टकट आ पैंदा 10 किलोमीटर तो इत्थों आपां नूं क्लीयर हो जाएगा दूरी अते विस्थापन का। विस्थापन की कहिंदा अंतिम स्थिति जिवें अंतिम स्थिति आ हैगी है अंतिम स्थिति तो आरंभिक स्थिति जिवें आ आरंभिक स्थिति हैगी आ अंतिम स्थिति हैगी है दे विचाले न्यूनतम दूरी आ जिहड़ी कि हैगी न्यूनतम दूरी यानी कि सीधा रस्ता उहनूं आपां की कहांगे विस्थापन कहांगे। तो दूरी की होगी दूरी आपां पहले ही पढ़ चुके हैं कि वस्तु की दूरी जाने लई किस गल की लोड़ नहीं होंगी गति की दिशा की यानी कि किसी दिशा में जाके मतलब किन्ना भी डिस्टेंस तय करके जा सकता है उन्होंने आप कहेंगे जी दूरी ना ये डिफरेंस है जी दूरी अते विस्थापन में। तो एक गल तुसी याद रखनी है विस्थापन जिहड़ा है आड़ा है वैक्टर क्वांटिटी यानी कि सदिश राशि आप किनू कहते हैं जिसकी कोई दिशा हो जिमें आप इतों पॉइंट ए तो लेके बी तक आए हैं तो एक खास दिशा में आए हाँ तुसी गल नोट करनी है एक खास दिशा में आए हैं तो यह की हैगा जो डिस्प्लेसमेंट हैगा विस्थापन कहते हैं डिस्प्लेसमेंट तो डिस्प्लेसमेंट एक केड़ी क्वांटिटी हैगी है जी वैक्टर क्वांटिटी हैगी एक सदिश राशि हैगी है तो सदिश राशि का सिंबल हुंदा है उपर आप इस तरह जिवें डिस्प्लेसमेंट डी डिस्प्लेसमेंट तो उत्ते आप इस तरह वैक्टर ला दें वैक्टर की कैप जी हाँ इन सिंबल हुंदा है। क्वेश्चन एग्जाम में सीधा ही आ सकता है कि केड़ी एक वैक्टर क्वांटिटी है तो तुहानूं वेखनी पैनी है ऑप्शन दिते होणगे चार तो तुहानूं पता होना चाहिए कि केड़ी वैक्टर क्वांटिटी है वो आपां अगे पढ़ांगे। नैक्सट क्वेश्चन की दिता जी दो विभिन्न भौतिक राशियां केड़ियां हन तो दो विभिन्न आपां फिजिकल क्वांटिटी दसनियां ने तो केड़ी ने एक दूरी ते विस्थापन यानी डिस्टेंस ते विस्थापन की ने दोवें एक फिजिकल क्वांटिटी हुण आपां फिजिकल क्वांटिटी इत्थे ना है भौतिक राशियां तो इन्हां बारे भी आपां नूं पता होना चाहिए है कि भौतिक राशियां केड़ियां होंदियां ने। तो हाँ जी जानते हैं भौतिक राशियां बारे। हाँ जी हुण पढ़ते हैं जी फिजिकल क्वांटिटी बारे। फिजिकल क्वांटिटी की होंदी है भौतिक राशि की होंदी है सब तो पहला भौतिक राशि नूं जानन लई आपां नूं दो चीज़ां की लोड़ होंदी है यानी कि या फिर अमाउंट च आपां इहनूं मेजर कर सकते हैं या फिर कोई न्यूमेरिकल वैल्यू च कहने का मतलब वो राशि जिंदा आपां जेकर कंपेरिजन करना होवे दो फिजिकल क्वांटिटी का आपां कंपेरिजन करना होवे तो या तो वह वस्तु किसी अमाउंट च होवे किसी राशि च होवे या फिर वह कोई संख्या च होवे यानी कि न्यूमेरिकल वैल्यू च होवे उदों ही आपां इहदा जिहड़ा कंपेरिजन कर सकते हैं। फिजिकल क्वांटिटी की गल करिए ताकि ये दो पार्ट से डिवाइड ने फस्ट जिहड़ा हैगा वो डिपेंड करता जी संख्या ते दिशा विच फस्ट जिहड़ा हैगा फिजिकल क्वांटिटी वो संख्या ते प्लस दिशा
कहने का मतलब है कि मैग्नीट्यूड ते प्लस डायरेक्शन। ते दूजे पार्ट च वेखिए तो यह डिपेंड करता जी निर्भरता से, निर्भरता यह होंगे डिपेंडेंस कि अगे आप पढ़ांगे। जे गल करिए संख्या ते दिशा दी तां इह अगे दो पार्ट च डिवाइड ने, एक च हुंदा नो डायरेक्शन जिंदे विच दिशा दी लोड नहीं हुंदी, नो डायरेक्शन दिशा दी जरूरत नहीं हुंदी, ते दूजा हुंदा डायरेक्शन। कहने का मतलब है मैग्नीट्यूड दोवां च होएगा, मान दोवां च होएगा मैग्नीट्यूड। फर्स्ट च की हैगा इहदे विच सिर्फ मैग्नीट्यूड की जरूरत होंदी है, दिशा की कोई जरूरत नहीं होंदी। सैकेंड केस हैगा मैग्नीट्यूड ते प्लस इहदे विच डायरेक्शन की लोड होंदी है। कहने का मतलब है कि संख्या ते दिशा दोवां की लोड होंदी है इस विच। हुण देखते हैं कि फस्ट सी जिहड़ा नो डायरेक्शन वाला, नो डायरेक्शन हुंदा जिहदे विच दिशा की जरूरत नहीं होंदी, उन्होंने आपां केड़ी क्वांटिटी कहिंदे आ, स्केलर क्वांटिटी, स्केलर क्वांटिटी यानी कि अदिश राशि। जिन्हां विच दिशा की कोई जरूरत नहीं होंदी उन्होंने आपां की कहिंदे आ, अदिश राशि। ते दूजे केस विच सी जिंदे विच संख्या ते डायरेक्शन दोवां दी जरूरत होंदी उन्होंने आपां कहिंदे आ, सदिश राशि, सदिश राशि यानी कि वैक्टर क्वांटिटी, वैक्टर क्वांटिटी। हुण आपां एक एक एग्जाम्पल करते हैं। जिवें स्केलर क्वांटिटी हैगी है तो मैं एग्जाम्पल ले लैना जी लेंथ की, लेंथ यानी कि लंबाई की। लंबाई च आपां नूं की है कोई दिशा की जरूरत नहीं पैंदी। लंबाई आपां जिवें कोई लंबाई लैनी होवे उहदे विच कोई खास आपां दिशा नहीं लैंदे कि किस दिशा विच लंबाई होनी चाहिए है। तो आ की है एक स्केलर क्वांटिटी यानी कि अदिश राशि। दूजे दे आपां एग्जाम्पल लईए तो इहदी सब तो बेस्ट एग्जाम्पल हैगी जी फोर्स की यानी कि बल की। हुण आपां किवें क्लीयर करते हैं बल विच की है, एक वैक्टर हैगा जिवें फोर्स का आपां फॉर्मूला आपां नूं पता है फोर्स इज इक्वल टू की हुंदा मास इंटू एक्सलरेशन। हुण मास केजी च हुंदा ते एक्सलरेशन आपां नूं पता है एक्सलरेशन की हुंदा, चेंज इन वेलोसिटी बटा टाइम, चेंज इन वेलोसिटी बटा टाइम। कहने का मतलब है कि वेग दे परिवर्तन की दर नूं आपां की कहिंदे आ, परवेग। हुण परवेग की हैगा एक वैक्टर क्वांटिटी हैगा, तो परवेग वैक्टर क्वांटिटी है तो फोर्स भी की होगा वैक्टर क्वांटिटी। दूजे तरीके नाल समझ लैंदे आ, जिवें आ कोई बॉक्स हैगा, इस बॉक्स नूं कोई व्यक्ति धक्का मार रहा, धक्का मार रहा जिवें आ पॉइंट ए हैगा ते आ पॉइंट बी हैगा, पॉइंट बी तक लेके जाना, तो आ धक्का कोई खास डायरेक्शन विच ही मारेगा तो यह पॉइंट बी तक आएगा। एवें नहीं कि इस बॉक्स के उत्ते बह जाएगा तो आ बॉक्स जरा पॉइंट बी तक आ जाएगा, एवें तो नहीं होगा। तो की है एक खास डायरेक्शन फोर्स लगाएगा, बल लगाएगा तो की है जरा बॉक्स जरा मूव करेगा। तो कहने का मतलब है कि फोर्स जरा कि है कि क्वांटिटी है, एक वैक्टर क्वांटिटी हैगी, एक सदिश राशि हैगी है जिस विच मैग्नीट्यूड और डायरेक्शन दोवों की जरूरत होंगी है। हुण आपां पढ़दे हां कि केड़ियां स्केलर क्वांटिटियां ने ते केड़ियां जिहड़ी वैक्टर क्वांटिटियां ने। हांजी नैक्सट आपां पढ़दे सी स्केलर क्वांटिटी ते वैक्टर क्वांटिटी। स्केलर क्वांटिटी यानी कि अदिश राशि ते वैक्टर क्वांटिटी यानी कि सदिश राशि। स्केलर क्वांटिटी केड़ी केड़ियां ने, फर्स्ट हैगा जी डिस्टेंस, सैकेंड हैगा जी टाइम, थर्ड हैगा मास, फोर्थ हैगा करंट, फाइव हैगा जी एरिया, छेवें नंबर ते हैगा स्पीड, सातवें नंबर ते हैगा जी डेंसिटी, अठवें नंबर ते हैगा वर्क, नौवें नंबर ते हैगा जी पावर, दसवें नंबर ते है एनर्जी,
ਅਤੇ 11ਵੇਂ 'ਤੇ ਹੈ ਪੋਲੀਓ। ਇਹਨਾਂ ਤੋਂ ਇਲਾਵਾ ਵੀ ਨੇ ਪਰ ਆਪਾਂ ਨੂੰ ਇਹੀ ਯਾਦ ਕਰਨੀਆਂ ਨੇ, ਇਹ ਇੰਪੋਰਟੈਂਟ ਨੇ, ਸਕੇਲਰ ਕੁਆਂਟਿਟੀ ਐਗਜ਼ਾਮ ਵਿੱਚ ਇਹਨਾਂ 'ਚੋਂ ਹੀ ਕੁਸ਼ਚਨ ਬਣੇਗਾ। ਫਸਟ ਕੀ ਹੈਗਾ ਜੀ? ਦੂਰੀ। ਸੈਕਿੰਡ ਦਿੱਤਾ ਸਮੇਂ। ਥਰਡ ਹੈਗਾ ਪੁੰਜ। ਫੋਰਥ ਹੈਗਾ ਜੀ ਕਰੰਟ। ਨੈਕਸਟ ਹੈਗਾ ਖੇਤਰਫਲ। ਸਪੀਡ ਚਾਲ। ਡੈਂਸਟੀ ਯਾਨੀ ਕਿ ਘਣਤਾ। ਵਰਕ ਊਰਜਾ। ਅਤੇ ਪਾਵਰ ਸ਼ਕਤੀ, ਐਨਰਜੀ। ਅਤੇ ਵੋਲਿਊਮ। ਇਹ ਸਾਰੀ ਕਿਹੜੀਆਂ ਕੁਆਂਟਿਟੀਆਂ ਨੇ ਜੀ? ਇਹ ਸਾਰੀਆਂ ਅਦਿਸ਼ ਰਾਸ਼ੀਆਂ ਨੇ। ਇਹਨਾਂ ਦੀ ਜੇਕਰ ਆਪਾਂ ਟ੍ਰਿਕ ਨਾਲ ਇਹਨਾਂ ਨੂੰ ਯਾਦ ਕਰੀਏ ਤਾਂ ਇੱਕ ਟ੍ਰਿਕ ਵੀ ਹੈਗੀ ਹੈ, ਉਹ ਵੀ ਮੈਂ ਤੁਹਾਨੂੰ ਦੱਸ ਦੇਣਾ। ਫਸਟ ਆਪਾਂ ਪੜ੍ਹ ਲੈਂਦੇ ਹਾਂ ਵੈਕਟਰ ਕੁਆਂਟਿਟੀ ਕਿਹੜੀ ਹੈਗੀ। ਵੈਕਟਰ ਕੁਆਂਟਿਟੀ 'ਚ ਵਿਲੋਸਟੀ, ਜਿਨ੍ਹਾਂ ਵਿੱਚ ਕੀ ਹੈ ਡਾਇਰੈਕਸ਼ਨ ਦੀ ਜ਼ਰੂਰਤ ਹੁੰਦੀ ਹੈ। ਫਸਟ ਹੈਗਾ ਵਿਲੋਸਟੀ। ਸੈਕਿੰਡ ਆਪਾਂ ਯਾਦ ਰੱਖਣੀ ਹੈ ਜੀ ਫੋਰਸ। ਥਰਡ ਹੈਗਾ ਐਕਸਲਰੇਸ਼ਨ। ਅਤੇ ਫੋਰਥ ਦਿੱਤਾ ਜੀ ਐਂਗੂਲਰ ਵਿਲੋਸਟੀ। ਫਾਈਵ ਨੰਬਰ 'ਤੇ ਡਿਸਪਲੇਸਮੈਂਟ। ਅਤੇ ਛੇਵੇਂ 'ਤੇ ਹੈਗਾ ਜੀ ਮੈਗਨੈਟਿਕ ਫੀਲਡ। ਫਸਟ ਕੀ ਹੈਗਾ ਜੀ? ਵੇਗ। ਸੈਕਿੰਡ ਤਾਂ ਬਲ। ਨੈਕਸਟ ਹੈਗਾ ਪਰਵੇਗ। ਅਤੇ ਆ ਕੇ ਹੈ ਕੋਣੀਏ ਵੇਗ, ਡਿਸਪਲੇਸਮੈਂਟ, ਵਿਸਥਾਪਨ ਅਤੇ ਚੁੰਬਕੀਏ ਖੇਤਰ। ਇਹ ਸਾਰੀਆਂ ਨੇ ਜੀ ਵੈਕਟਰ ਕੁਆਂਟਿਟੀਆਂ, ਜਿਨ੍ਹਾਂ ਦੇ ਨਾਲ ਕੀ ਆਪਾਂ ਨੂੰ ਕਹਿੰਦੀ ਜ਼ਰੂਰਤ ਪੈਂਦੀ ਹੈ ਦਿਸ਼ਾ ਦੀ। ਜੇ ਮਾਨ ਦੇ ਨਾਲ ਨਾਲ, ਮੈਗਨੀਟਿਊਡ ਦੇ ਨਾਲ ਨਾਲ ਦਿਸ਼ਾ ਦੀ ਜ਼ਰੂਰਤ ਪੈਂਦੀ ਹੈ, ਉਹ ਕਿਹੜੀ ਕੁਆਂਟਿਟੀ ਹੁੰਦੀ ਹੈ? ਵੈਕਟਰ ਕੁਆਂਟਿਟੀ। ਹੁਣ ਸਕੇਲਰ ਕੁਆਂਟਿਟੀ ਦੀ ਆਪਾਂ ਟ੍ਰਿਕ ਕਰ ਲੈਂਦੇ ਹਾਂ। ਵੈਕਟਰ ਕੁਆਂਟਿਟੀ ਤੁਹਾਨੂੰ ਪਤਾ ਹੀ ਚੱਲ ਗਿਆ, ਯਾਦ ਹੋ ਹੀ ਜਾਣਗੀਆਂ। ਸਕੇਲਰ ਕੁਆਂਟਿਟੀ ਦੀ ਇੱਕ ਟ੍ਰਿਕ ਹੈਗੀ ਜੀ, ਹਿੰਦੀ 'ਚ ਹੈਗੀ ਹੈ ਟ੍ਰਿਕ। ਆਪਾਂ ਕਲਰ ਚੇਂਜ ਕਰ ਲਈਏ ਪਹਿਲਾਂ। ਹਾਂਜੀ, ਟ੍ਰਿਕ ਹੈਗੀ ਹੈ ਉਸਕਾ ਦਾਲ MSC ਸੇ ਆਤਾ ਹੈ। ਉਸਕਾ ਦਾਲ MSC ਸੇ ਆਤਾ ਹੈ, ਇਹ ਟ੍ਰਿਕ ਹੈਗੀ ਜੀ। ਉਸਕਾ ਦਾਲ MSC ਸੇ ਆਤਾ ਹੈ। ਹਾਂਜੀ, ਇਸ ਟ੍ਰਿਕ ਵਿੱਚ ਇਹ ਸਾਰੇ ਕਵਰ ਹੋ ਜਾਣਗੇ, ਤੁਸੀਂ ਵੇਖ ਲਿਆ ਜੀ। ਸਾਰੀਆਂ ਜਿਹੜੀ ਸਕੇਲਰ ਕੁਆਂਟਿਟੀਆਂ ਤੁਹਾਨੂੰ ਯਾਦ ਹੋ ਜਾਣਗੀਆਂ ਇਸ ਟ੍ਰਿਕ ਨਾਲ। ਇਹ ਟ੍ਰਿਕ ਬਸ ਯਾਦ ਕਰਨੀ ਹੈ ਤੁਸੀਂ, ਉਸਕਾ ਦਾਲ MSC ਸੇ ਆਤਾ ਹੈ ਜੀ। ਨੈਕਸਟ ਆਪਾਂ ਪੜ੍ਹ ਰਹੇ ਸੀ ਸੈਕਿੰਡ, ਇਹਦੇ ਵਿੱਚ ਇੱਕ ਹੋਰ ਟਾਈਪ ਸੀ ਜਿਹੜੀ ਡਿਪੈਂਡੈਂਸ 'ਤੇ ਕਰ ਰਹੀ ਸੀ ਫਿਜ਼ੀਕਲ ਕੁਆਂਟਿਟੀ, ਉਹ ਪੜ੍ਹ ਲੈਂਦੇ ਆਪਾਂ। ਹਾਂਜੀ, ਇਹਦਾ ਜਿਹੜਾ ਸੈਕਿੰਡ ਹੈਗਾ ਸੀ ਉਹ ਸੀ ਨਿਰਭਰਤਾ 'ਤੇ। ਜੇਕਰ ਗੱਲ ਕਰੀਏ ਤਾਂ ਇਹ ਵੀ ਅੱਗੇ ਦੋ ਪਾਰਟ 'ਚ ਡਿਵਾਈਡ ਸੀ। ਫਸਟ 'ਚ ਆ ਜਾਂਦਾ ਜੀ ਫੰਡਾਮੈਂਟਲ, ਆਪਣੀ ਕੁਆਂਟਿਟੀ ਫੰਡਾਮੈਂਟਲ ਕੁਆਂਟਿਟੀ 7 ਨੇ ਆਪਣੇ ਕੋਲ। ਕਿਹੜੀਆਂ ਕਿਹੜੀਆਂ ਨੇ? ਫਸਟ ਹੈਗੀ ਹੈ ਜੀ ਲੈਂਥ ਯਾਨੀ ਲੰਬਾਈ। ਸੈਕਿੰਡ ਹੈਗਾ ਮਾਸ ਯਾਨੀ ਪੁੰਜ। ਥਰਡ ਹੈਗਾ ਸੀ ਜੀ ਟਾਈਮ। ਫੋਰਥ ਨੰਬਰ 'ਤੇ ਹੈਗਾ ਇਲੈਕਟ੍ਰਿਕ ਕਰੰਟ। ਫਾਈਵ ਨੰਬਰ 'ਤੇ ਹੈਗਾ ਜੀ ਟੈਂਪਰੇਚਰ। ਸਿਕਸ ਨੰਬਰ 'ਤੇ ਹੈਗਾ ਅਮਾਊਂਟ ਆਫ ਸਬਸਟਾਂਸ। ਅਤੇ ਸੱਤਵੇਂ ਨੰਬਰ 'ਤੇ ਹੈਗਾ ਜੀ ਲਿਊਮੀਨਸ ਇੰਟੈਂਸਿਟੀ। ਇਹ ਜਿਹੜੀ 7 ਜਿਹੜੀ ਆਪਣੇ ਮੂਲ ਯੂਨਿਟ ਨੇ, ਲੈਂਥ, ਮਾਸ, ਟਾਈਮ, ਇਲੈਕਟ੍ਰਿਕ ਕਰੰਟ, ਟੈਂਪਰੇਚਰ, ਅਮਾਊਂਟ ਆਫ ਸਬਸਟੈਂਸ ਅਤੇ ਲਿਊਮੀਨਸ ਇੰਟੈਂਸਿਟੀ। ਅਤੇ ਸੈਕਿੰਡ 'ਤੇ ਆਪਾਂ ਗੱਲ ਕਰੀਏ ਤਾਂ ਇਹ ਡਿਪੈਂਡ ਕਰਦੇ ਨੇ ਜੀ ਫੰਡਾਮੈਂਟਲ ਯੂਨਿਟ 'ਤੇ। ਸੈਕਿੰਡ ਹੈਗਾ ਸੀ ਇਹ ਹੈਗਾ ਡਰਾਈਵਡ, ਜਿਹੜੇ ਆਪਾਂ ਡਰਾਈਵਡ ਕੀਤੇ ਹੋਏ ਨੇ, ਇਹ ਡਿਪੈਂਡ ਕਰਦੇ ਨੇ ਫੰਡਾਮੈਂਟਲ ਯੂਨਿਟ 'ਤੇ। ਜਿਹੜੀ ਮੂਲ ਰਾਸ਼ੀ ਨੇ ਉਹਦੇ ਉੱਤੇ ਡਿਪੈਂਡ ਕਰਦੇ ਨੇ, ਜਿਵੇਂ ਸਪੀਡ। ਸਪੀਡ ਨੂੰ ਆਪਾਂ ਕਿਵੇਂ ਡਰਾਈਵ ਕਰਦੇ ਹਾਂ, ਇਹਦਾ ਕੀ ਫੋਰਮੂਲਾ ਸੀ? ਚਾਲ, ਮਤਲਬ ਕਿ ਚਾਲ ਬਰਾਬਰ ਦੂਰੀ ਬਟਾ ਸਮਾਂ। ਹੁਣ ਵੇਖੋ ਕਿਵੇਂ ਡਰਾਈਵਡ ਹੈਗਾ ਚਾਲ, ਜੇ ਆਪਾਂ ਸਪੀਡ ਕੱਢਣੀ ਹੈ ਤਾਂ ਦੂਰੀ ਅਤੇ ਬਟਾ ਸਮਾਂ। ਇਹ ਦੂਰੀ ਅਤੇ ਸਮਾਂ ਕੀ ਹੈਗੇ ਨੇ? ਇਹ ਫੰਡਾਮੈਂਟਲ ਕੁਆਂਟਿਟੀ ਆ ਜਾਂਦੇ ਨੇ। ਜੇ ਦੂਰੀ ਆਪਾਂ ਲੈਂਥ 'ਚ ਮਾਪਦੇ ਹਾਂ ਅਤੇ ਟਾਈਮ ਵੀ ਇਹਦੇ 'ਚ ਦਿੱਤਾ ਹੈ, ਤਾਂ ਇਹਨਾਂ ਦੇ ਉੱਤੇ ਡਿਪੈਂਡ ਕਰਦੇ ਨੇ ਜਿਹੜੇ ਡਰਾਈਵਡ ਯੂਨਿਟ ਹੁੰਦੇ ਨੇ। ਜਿਵੇਂ ਸਪੀਡ ਹੋ ਗਿਆ, ਹੋਰ ਐਗਜ਼ਾਮਪਲ ਦੇਈਏ ਜਿਵੇਂ ਫੋਰਸ, ਯਾਨੀ ਕਿ ਬਲ ਹੋ ਗਿਆ। ਬਲ ਦਾ ਕੀ ਹੈਗਾ ਸੀ? ਫੋਰਸ ਇਜ਼ ਇਕੁਅਲ ਟੂ ਕੀ ਹੈਗਾ ਸੀ? ਮਾਸ ਇੰਟੂ ਐਕਸਲਰੇਸ਼ਨ। ਹੁਣ ਮਾਸ ਕੀ ਹੈਗਾ? ਇੱਕ ਫੰਡਾਮੈਂਟਲ ਕੁਆਂਟਿਟੀ ਹੈਗਾ। ਅਤੇ ਐਕਸਲਰੇਸ਼ਨ
एक्सेलरेशन की हैगा सी, एक्सेलरेशन एक वेक्टर क्वांटिटी हैगा सी, ये किन उत्ते डिपेंड करता है फंडामेंटल क्वांटिटी, इसलिए यह है जी फोर्स एक की हैगा ड्राइव्ड यूनिट। बाकी ये सारा कुछ जो मैं करा दिता सी थोड़ा डीपली हैगा, शायद इन्ना ना पूछा जाए थोड़े को। वापस क्वेश्चन से ही चलते हैं। हाँ जी नैक्सट क्वेश्चन की दिता जी, वाहन की गति मापन लिए किस यंत्र की वरतों की जाती है जी, वेरी वेरी इंपोर्टेंट क्वेश्चन हैगा जी। वाहन की गति मापन लिए किहड़े यंत्र की जी आप वरतों करते हैं, ओडोमीटर की। नैक्सट क्वेश्चन हैगा एक समान गति की होंगी है। हाँ जी एक समान गति आप दसनी है कि जो कोई वस्तु समान समय अंतराल में एक समान दूरी तय करे उसनों आप कहेंगे उस गति को एक समान गति कहेंगे। जेकर टाइम के हिसाब न जी गति है वो समान समय के अंतराल गति जुड़ी दूरी है जी तय करे उन्होंने आप कहेंगे एक समान गति, यानी कि समय के अंतराल जिनी एक समान दूरी जी तय कर दे जाए उन्होंने आप कहेंगे एक समान गति की। गति की हैगी जी एक समान हैगी है, हर मतलब पार्ट विच कि गति है वो समान हैगी। नैक्सट की हैगा असमान गति की दो उदाहरण दसो जी, असमान गति कि सड़क पर जा रही कार जी, दूजा की हैगा पार्क में वर्जिश कर रहा व्यक्ति, ये जी दोवें एग्जाम्पल ने असमान गति दे। नैक्सट क्वेश्चन दिता जी चाल की है। हाँ जी चाल की हैगा वस्तु द्वारा इकाई समय में तय की गई दूरी में उसकी आप चाल कहते हैं। चाल की होंगे जी, चाल इज इक्वल टू दूरी बटा समा। हाँ जी की कहें कि वस्तु की इकाई समय में तय की गई दूरी को आप कहते हैं चाल आखते हैं। हम दूरी है, दूरी आप मेजर करते हैं, आप किलोमीटर से भी करते हैं, मीटर से भी करते हैं, तो सेंटीमीटर से भी करते हैं। तो समय की गल करिए तो समा आप घंटिया भी करते हैं, तो मिनट से भी करते हैं, तो सैकंड से भी करते हैं। जेकर आप दूरी लईए मीटर से तो टाइम लेवे सैकंड से, तो जी स्पीड की यूनिट की आ जाएगी मीटर पर सैकेंड। तो जेकर आप किलोमीटर से लईए जिमें किलोमीटर से, किलोमीटर से तो टाइम लीए घंटिया से, तो की आ जाएगी स्पीड की यूनिट की आ जाएगी किलोमीटर पर आवर। तो जेकर आप लीए सेंटीमीटर से, सेंटीमीटर से लीए तो टाइम लीए सैकेंड से, तो की आ जाएगी सेंटीमीटर पर सैकेंड। जिमें नैक्सट क्वेश्चन दिता हुआ चाल का मात्रक की है, इस तरह के क्वेश्चन बन जाते हैं। चाल का मात्रक की दिता है मीटर पर सैकेंड दिता है, दूजा की क्वेश्चन दिता जिमें ये मात्रक किलोमीटर प्रति घंटा भी हो सकता है, तो सेंटीमीटर पर सैकेंड भी हो सकता है, ये आप जिमें उपर तुहानू दस्सिया। नैक्सट क्वेश्चन वाल चलते हैं। नैक्सट क्वेश्चन दिता जी औसत चाल किवें पता की जाती है। हाँ जी इस तरह के भी तुहानू छोटे छोटे क्वेश्चन पूछे जा सकते हैं कि तुहानू चाल दिती होगी नंबर में, तो तुहानू कहणगे कि इस टाइम मतलब जिमें एक घंटा लगता है, नैक्सट जी उन्होंने 15 मिनट लगे ने, तो तुम जी टोटल जी औसत चाल उनकी कढ़ो। तो की दिता है वस्तु की चाल उस वस्तु द्वारा तय की गई दूरी को तय किए गए लगे मतलब कुल समय नाल भाग करके आप प्राप्त कर सकते हैं। की दिता जी कि औसत चाल की है तय की गई कुल दूरी ते लग्या कुल समा, यानी कि टोटल डिस्टेंस बटा टोटल टाइम, इस दे नाल जिहड़ी आपां एवरेज स्पीड कढ़ सकते हैं। एवरेज स्पीड का की फॉर्मूला है टोटल डिस्टेंस बटा टोटल टाइम, इस दे नाल तुहानूं इस फॉर्मूले दे नाल न्यूमेरिकल भी पूछे जा सकते हैं। नैक्सट क्वेश्चन वाल चलते हैं आप जी। हाँ जी नैक्सट क्वेश्चन दिता हुआ है वेग की होंगे। हाँ जी आप पढ़ चुके हैं कि वेलोसिटी की होंगे, वेलोसिटी की है एक निश्चित दिशा विच चाल नू वेग कहते हैं, एक निश्चित दिशा विच चाल नू वेग कहते हैं, या एक निश्चित दिशा विच इकाई समय विच वस्तु द्वारा तय की गई दूरी नू वेग कहते हैं। हाँ जी सब तो पहला आपां नू पता होना चाहिए कि वेग होंदा की है, वेग इज इक्वल टू की होंगे विस्थापन बटा समा, विस्थापन बटा समा। हम आप विस्थापन बारे पढ़ चुके हैं, डिस्प्लेसमेंट की होंगे एक वैक्टर क्वांटिटी होंगे, एक वैक्टर क्वांटिटी होंगे, यानी कि उनके लिए आपको की जरूरत होंगी एक खास दिशा की, खास दिशा की। आई दसया गया कि एक निश्चित दिशा में चाल में वेग कहते हैं, कि एक निश्चित दिशा में जिमें कोई व्यक्ति है इतने इनका जोड़ा स्कूल या फिर घर बनया हुआ है, तो एक निश्चित दिशा में
ਆਪਣੀ ਚਾਲ ਸਟਾਰਟ ਕਰੇਗਾ, ਉਹਨੂੰ ਆਪਾਂ ਕੀ ਕਹਾਂਗੇ ਜੀ, ਵੇਗ ਕਹਾਂਗੇ। ਅਤੇ ਸਮੇਂ ਵਿੱਚ ਮਤਲਬ ਇਕਾਈ ਸਮੇਂ ਵਿੱਚ, ਸਮਾਂ ਵੀ ਉਹਦੀ ਇਕਾਈ ਸਮੇਂ ਵਿੱਚ ਜਿੰਨੀ ਇੱਕ ਦਿਸ਼ਾ ਵਿੱਚ ਉਹ ਚਾਲ ਚੱਲੇਗਾ ਉਹਨੂੰ ਆਪਾਂ ਕੀ ਕਹਾਂਗੇ ਜੀ, ਇੱਕ ਵੇਗ ਕਹਾਂਗੇ। ਫਿਰ ਤੋਂ ਰਿਪੀਟ ਕਰਦੇ ਹਾਂ ਕਿ ਇੱਕ ਨਿਸ਼ਚਿਤ ਦਿਸ਼ਾ ਵੱਲ ਚਾਲ ਨੂੰ ਵੇਗ ਕਹਿੰਦੇ ਨੇ, ਜਾਂ ਫਿਰ ਨਿਸ਼ਚਿਤ ਦਿਸ਼ਾ ਵਿੱਚ ਇਕਾਈ ਸਮੇਂ ਵਿੱਚ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ ਨੂੰ ਆਪਾਂ ਕੀ ਕਹਾਂਗੇ ਜੀ, ਵੇਗ ਕਹਾਂਗੇ। ਨੈਕਸਟ ਕੁਸ਼ਚਨ ਹੈਗਾ ਪ੍ਰਵੇਗ ਕੀ ਹੁੰਦਾ, ਹਾਂਜੀ ਐਕਸਲਰੇਸ਼ਨ ਕੀ ਹੁੰਦਾ, ਕੀ ਦਿੱਤਾ ਜੀ, ਕਿਸੇ ਵਸਤੂ ਦੇ ਇਕਾਈ ਸਮੇਂ ਵਿੱਚ ਵੇਗ ਦੇ ਪਰਿਵਰਤਨ ਨੂੰ ਪ੍ਰਵੇਗ ਕਹਿੰਦੇ ਨੇ। ਹਾਂਜੀ ਐਕਸਲਰੇਸ਼ਨ ਕੀ ਹੈਗਾ ਸੀ, ਕਿ ਚੇਂਜ ਇਨ ਵਿਲੋਸਟੀ ਬਟਾ ਟਾਈਮ, ਚੇਂਜ ਇਨ ਵਿਲੋਸਟੀ ਬਟਾ ਟਾਈਮ। ਜਿਵੇਂ ਆਪਾਂ ਐਗਜ਼ਾਮਪਲ ਨਾਲ ਸਮਝਦੇ ਹਾਂ, ਪੁਆਇੰਟ ਏ ਹੈਗਾ, ਇੱਥੇ ਇਹਦੀ ਜਿਹੜੀ ਕੋਈ ਵਿਲੋਸਟੀ ਹੈਗੀ ਸੀ ਯੂ ਹੈਗੀ ਸੀ, ਉਵੇਂ ਵੀ ਯੂ ਨੂੰ ਕਹਿੰਦੇ ਨੇ ਆਰੰਭਿਕ ਵੇਗ, ਆਰੰਭਿਕ ਵੇਗ, ਆਰੰਭਿਕ ਵੇਗ ਨੂੰ ਛੋਟੇ ਯੂ ਨਾਲ ਰੀਪ੍ਰਜੈਂਟ ਕੀਤਾ ਜਾਂਦਾ ਹੈ, ਅਤੇ ਛੋਟੇ ਵੀ ਨਾਲ ਰੀਪ੍ਰਜੈਂਟ ਕੀਤਾ ਜਾਂਦਾ ਜੀ ਅੰਤਿਮ ਵੇਗ ਨੂੰ, ਅੰਤਿਮ ਵੇਗ। ਜਿਵੇਂ ਸਮਝਦੇ ਹਾਂ ਐਗਜ਼ਾਮਪਲ ਨਾਲ, ਜਿਵੇਂ ਆਹ ਕੋਈ ਵਸਤੂ ਹੈਗੀ ਇੱਥੇ, ਇਹਦਾ ਫਸਟ ਹੈਗਾ ਸੀ ਜੀ ਜਿਵੇਂ ਆਰੰਭਿਕ ਵੇਗ, ਅਤੇ ਸੈਕਿੰਡ ਪੁਜੀਸ਼ਨ 'ਤੇ ਜਿਵੇਂ ਵੀ ਪੁਜੀਸ਼ਨ 'ਤੇ ਆ ਜਾਂਦੀ ਹੈ, ਇੱਥੇ ਇਹਦਾ ਵੀ ਹੈਗਾ ਜੀ ਜਿਹੜੀ ਫਾਈਨਲ ਵਿਲੋਸਟੀ ਦੀ ਅੰਤਿਮ ਵਿਲੋਸਟੀ। ਇਹਨਾਂ ਦੋਵਾਂ ਦੇ ਡਿਫਰੈਂਸ ਨੂੰ ਟਾਈਮ ਦੇ ਹਿਸਾਬ ਨਾਲ, ਇਹਨਾਂ ਦੋਵਾਂ ਦੇ ਡਿਫਰੈਂਸ ਨੂੰ ਆਪਾਂ ਕੀ ਕਹਾਂਗੇ, ਐਕਸਲਰੇਸ਼ਨ ਕਹਾਂਗੇ। ਯਾਨੀ ਕਿ ਫਾਈਨਲ ਵਿਲੋਸਟੀ ਮਾਈਨਸ ਇਨੀਸ਼ੀਅਲ ਵਿਲੋਸਟੀ ਬਟਾ ਟਾਈਮ, ਆਹ ਜਿਹੜਾ ਫੋਰਮੂਲਾ ਕਿਹਦਾ ਬਣ ਗਿਆ ਜੀ, ਐਕਸਲਰੇਸ਼ਨ ਦਾ। ਆ ਤੁਸੀਂ ਯਾਦ ਰੱਖਣਾ, ਇਸ ਦੇ ਨਾਲ ਤੁਹਾਨੂੰ ਅੱਗੇ ਨੂਮੈਰੀਕਲ ਪੁੱਛੇ ਜਾ ਸਕਦੇ ਨੇ ਕਿ ਕੀ ਹੁੰਦਾ ਫਾਈਨਲ ਵਿਲੋਸਟੀ ਮਾਈਨਸ ਇਨੀਸ਼ੀਅਲ ਵਿਲੋਸਟੀ ਬਟਾ ਟਾਈਮ, ਕੀ ਚੇਂਜ ਇਨ ਵਿਲੋਸਟੀ ਵੇਗ ਦੇ ਬਦਲਣ ਦੀ ਦਰ ਨੂੰ ਆਪਾਂ ਕੀ ਕਹਿੰਦੇ ਹਾਂ, ਪ੍ਰਵੇਗ ਕਹਿੰਦੇ ਹਾਂ। ਹਾਂਜੀ ਜਿਵੇਂ ਆ ਦਿੱਤਾ ਹੋਇਆ, ਵੇਗ ਵਿੱਚ ਪਰਿਵਰਤਨ ਬਟਾ ਲੱਗਿਆ ਸਮਾਂ। ਹਾਂਜੀ ਨੈਕਸਟ ਕੁਸ਼ਚਨ ਕੀ ਦਿੱਤਾ ਹੈ, ਪ੍ਰਵੇਗ ਦਾ ਮਾਤਰਕ ਕੀ ਹੈ। ਹਾਂਜੀ ਪ੍ਰਵੇਗ ਦਾ ਮਾਤਰਕ ਆਪਾਂ ਇੱਥੋਂ ਹੀ ਪਤਾ ਕਰ ਲੈਂਦੇ ਹਾਂ ਕਿ ਸਭ ਤੋਂ ਪਹਿਲਾਂ ਆਪਾਂ ਵਿਲੋਸਟੀ ਬਾਰੇ ਪੜ੍ਹਿਆ ਸੀ, ਵਿਲੋਸਟੀ ਕੀ ਹੈਗਾ ਸੀ, ਡਿਸਪਲੇਸਮੈਂਟ ਬਟਾ ਟਾਈਮ। ਹੁਣ ਡਿਸਪਲੇਸਮੈਂਟ ਨੂੰ ਆਪਾਂ ਕਿਹਦੇ 'ਚ ਮੇਜ਼ਰ ਕਰਦੇ ਹਾਂ ਜੀ, ਮੀਟਰ 'ਚ ਪੜ੍ਹ ਚੁੱਕੇ ਹਾਂ, ਟਾਈਮ ਨੂੰ ਸੈਕਿੰਡ 'ਚ, ਤਾਂ ਵਿਲੋਸਟੀ ਦਾ ਜਿਹੜਾ ਯੂਨਿਟ ਕੀ ਹੋ ਗਿਆ, ਮੀਟਰ ਪਰ ਸੈਕਿੰਡ, ਵਿਦੋਸਤੀ ਦਾ ਯੂਨਿਟ ਹੋ ਗਿਆ ਮੀਟਰ ਪਰ ਸੈਕਿੰਡ। ਅਤੇ ਹੁਣ ਆਪਾਂ ਕੱਢਣਾ ਜੀ ਐਕਸਲਰੇਸ਼ਨ ਦਾ। ਹੁਣ ਵੇਖੋ ਇਸ ਫੋਰਮੂਲੇ 'ਚ ਆ ਜਾਓ ਤੁਸੀਂ, ਫੋਰਮੂਲਾ ਕੀ ਹੈਗਾ ਸੀ, ਚੇਂਜ ਇਨ ਵਿਲੋਸਟੀ ਬਟਾ ਟਾਈਮ। ਹੁਣ ਵੇਖੋ ਚੇਂਜ ਇਨ ਵਿਲੋਸਟੀ ਆ ਉੱਤੇ ਵਿਲੋਸਟੀ ਦਿੱਤੀ ਹੋਈ ਹੈ, ਵਿਲੋਸਟੀ ਦਾ ਆਪਾਂ ਫੋਰਮੂਲੇ ਪੜ੍ਹ ਚੁੱਕੇ ਸੀ, ਕੀ ਸੀ, ਮੀਟਰ ਬਟਾ ਸੈਕਿੰਡ, ਮਤਲਬ ਟਾਈਮ ਦਾ ਸੈਕਿੰਡ, ਅਤੇ ਇੱਕ ਟਾਈਮ ਥੱਲੇ ਪਹਿਲਾਂ ਹੀ ਦਿੱਤਾ ਹੋਇਆ ਐਕਸਲਰੇਸ਼ਨ ਦਾ, ਅਤੇ ਇੱਕ ਟਾਈਮ ਆਪਾਂ ਪਹਿਲਾਂ ਹੀ ਲਾ ਦਿੰਦੇ ਹਾਂ, ਅਤੇ ਕੀ ਹੋ ਜਾਏਗਾ, ਇਹਦਾ ਕੀ ਮਤਲਬ ਬਣੇਗਾ, ਮੀਟਰ ਅਤੇ ਸੈਕਿੰਡ ਦੀ ਸਕੇਅਰ। ਹੁਣ ਜਦੋਂ ਆ ਸੈਕਿੰਡ ਦੀ ਸਕੇਅਰ ਉੱਤੇ ਆਏਗਾ ਤਾਂ ਆਹ ਕੀ ਹੋ ਜਾਏਗਾ ਜੀ, ਮੀਟਰ ਸੈਕਿੰਡ ਦੀ ਪਾਵਰ ਮਾਈਨਸ 2। ਹਾਂਜੀ ਆਹ ਬਣ ਗਿਆ ਇਹਦਾ ਫੋਰਮੂਲਾ। ਹੁਣ ਵੇਖੋ ਤੁਸੀਂ ਪ੍ਰਵੇਗ ਦਾ ਮਾਤਰਕ ਕੀ ਹੈ, ਤਾਂ ਪ੍ਰਵੇਗ ਦਾ ਮਾਤਰਕ ਮੀਟਰ ਅਤੇ ਪਰ ਸੈਕਿੰਡ ਸਕੇਅਰ, ਮੀਟਰ ਪਰ ਸੈਕਿੰਡ ਸਕੇਅਰ ਹੈ, ਜਾਂ ਫਿਰ ਕੀ ਹੈ, ਮੀਟਰ ਸੈਕਿੰਡ ਦੀ ਪਾਵਰ ਮਾਈਨਸ 2। ਹੁਣ ਤੁਸੀਂ ਰੱਟਣਾ ਨਹੀਂ, ਇਹਨੂੰ ਯਾਦ ਰੱਖਣਾ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਹਾਂਜੀ ਨੈਕਸਟ ਕੁਸ਼ਚਨ ਦਿੱਤਾ ਹੈ, ਗ੍ਰਾਫ ਕੀ ਹੁੰਦਾ। ਹਾਂਜੀ ਈਜ਼ੀ ਦਿੱਤਾ, ਗ੍ਰਾਫ ਕੀ ਹੈ, ਇੱਕ ਭੌਤਿਕ ਰਾਸ਼ੀ ਦੇ ਸਪੇਖ ਦੂਜੀ ਰਾਸ਼ੀ ਦੇ ਪਰਿਵਰਤਨ ਨੂੰ ਦੋ ਵਿਭਿੰਨ ਅਕਸ਼ਾਂ ਦੇ ਚਿੱਤਰ ਰਾਹੀਂ ਦਰਸਾਉਣ ਨੂੰ ਗ੍ਰਾਫ ਕਹਿੰਦੇ ਨੇ। ਹਾਂਜੀ ਬਿਲਕੁਲ ਸਿੰਪਲ ਹੈਗਾ ਜੀ, ਕਿ ਇੱਕ ਭੌਤਿਕ ਰਾਸ਼ੀ ਦੇ ਸੰਖੇਪ ਦੂਜੀ ਰਾਸ਼ੀ ਦੇ ਪਰਿਵਰਤਨ ਨੂੰ ਦੋ ਵਿਭਿੰਨ ਅਕਸ਼ਾਂ ਦੇ ਚਿੱਤਰ ਰਾਹੀਂ ਦਰਸਾਉਣ ਨੂੰ ਆਪਾਂ ਕੀ ਕਹਿੰਦੇ ਹਾਂ, ਗ੍ਰਾਫ। ਜੀ ਨੈਕਸਟ ਕੁਸ਼ਚਨ ਦਿੱਤਾ, ਦੂਰੀ ਸਮਾਂ ਗ੍ਰਾਫ ਕੀ ਹੈਗਾ। ਜੀ ਦੂਰੀ ਅਤੇ ਸਮੇਂ ਦਾ ਗ੍ਰਾਫ ਜਿਹੜਾ ਕੀ ਹੈਗਾ, ਜੀ ਕੀ ਦਿੱਤਾ ਹੋਇਆ ਜੀ, ਕਿਸੇ ਵਸਤੂ ਦੀ ਦੂਰੀ ਨੂੰ ਸਮੇਂ ਦੇ ਸੰਪੇਖ ਪ੍ਰਦਰਸ਼ਿਤ ਕਰਨਾ ਦੂਰੀ ਸਮਾਂ ਗ੍ਰਾਫ ਖਵਾਉਂਦਾ। ਹਾਂਜੀ ਦੂਰੀ ਸਮਾਂ ਗ੍ਰਾਫ ਕਿਸ ਤਰ੍ਹਾਂ ਬਣੇਗਾ, ਇਹ ਗ੍ਰਾਫ ਇਸ ਤਰ੍ਹਾਂ ਬਣੇਗਾ ਜੀ, ਇਸ ਸਾਈਡ ਹੋਵੇਗੀ ਦੂਰੀ ਅਤੇ ਇਸ ਨੀਚੇ ਹੋਵੇਗੀ ਸਮਾਂ। ਹਾਂਜੀ ਜੇਕਰ ਕੋਈ ਵਸਤੂ ਹੈ ਜਿਹੜੀ ਬਰਾਬਰ ਸਮੇਂ ਦੇ ਨਾਲ ਸਮਾਨ ਦੂਰੀ ਤੈਅ ਕਰਦੀ ਹੈ ਤਾਂ ਉਹ ਇੱਕ ਸਮਾਨ ਗਤੀ ਨਾਲ ਚੱਲੇਗੀ, ਅਤੇ ਉਹਦਾ ਜਿਹੜਾ ਗ੍ਰਾਫ ਬਣੇਗਾ ਉਹ ਇੱਕ ਸਮਾਨ ਗਤੀ ਨਾਲ ਬਣੇਗਾ, ਜਿਵੇਂ ਸਿੱਧੀ ਰੇਖਾ ਵਿੱਚ ਬਣੇਗਾ ਇਸ ਤਰ੍ਹਾਂ। ਫਿਰ ਤੋਂ ਰਿਪੀਟ ਕਰ ਦੇਣਾ ਕਿ ਜਦੋਂ ਕੋਈ ਵਸਤੂ ਬਰਾਬਰ ਸਮੇਂ ਵਿੱਚ ਸਮਾਨ ਦੂਰੀ ਤੈਅ ਕਰਦੀ ਹੈ ਤਾਂ ਉਦੋਂ ਉਹ ਇੱਕ ਸਮਾਨ ਗਤੀ ਨਾਲ ਚੱਲਦੀ ਹੈ, ਅਤੇ ਇਸ ਵਿੱਚ ਜਿਹੜਾ ਗ੍ਰਾਫ ਕੀ ਬਣੇਗਾ, ਇੱਕ ਸਰਲ ਰੇਖਾ ਵਿੱਚ ਗ੍ਰਾਫ ਬਣੇਗਾ, ਇਸ ਤਰ੍ਹਾਂ ਤੁਸੀਂ ਯਾਦ ਰੱਖਣਾ। ਇਹ ਗ੍ਰਾਫ ਹੈਗਾ ਜੀ ਦੂਰੀ ਅਤੇ ਸਮੇਂ ਦਾ ਗ੍ਰਾਫ। ਨੈਕਸਟ ਕੁਸ਼ਚਨ ਕੀ ਹੈਗਾ, ਨੈਕਸਟ ਕੁਸ਼ਚਨ ਦਿੱਤਾ ਜਿਵੇਂ ਇੱਕ ਸਮਾਨ ਚਾਲ ਦੇ ਲਈ
ਸਮੇਂ ਦੇ ਨਾਲ ਤੈਅ ਕੀਤੀ ਗਈ ਦੂਰੀ ਦਾ ਗ੍ਰਾਫ ਕਿਹੋ ਜਿਹਾ ਬਣੇਗਾ। ਹਾਂਜੀ, ਆਪਾਂ ਉੱਪਰ ਹੀ ਡਿਸਕਸ ਕਰ ਚੁੱਕੇ ਹਾਂ ਕਿ ਬਣੇਗਾ ਇੱਕ ਸਰਲ ਰੇਖਾ ਵਿੱਚ, ਜਿਵੇਂ ਇਸ ਤਰ੍ਹਾਂ ਕਿ ਦਿੱਤਾ ਗਿਆ, ਜਿਵੇਂ ਕੋਈ ਬਰਾਬਰ ਸਮੇਂ ਵਿੱਚ ਸਮਾਨ ਦੂਰੀ ਤੈਅ ਕਰੇ ਤਾਂ ਇੱਕ ਸਰਲ ਰੇਖਾ ਵਿੱਚ ਉਹਦਾ ਜਿਹੜਾ ਗ੍ਰਾਫ ਹੈ ਉਹ ਬਣੇਗਾ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ। ਹਾਂਜੀ, ਨੈਕਸਟ ਕੁਸ਼ਚਨ ਕੀ ਦਿੱਤਾ ਹੋਇਆ, ਦੂਰੀ ਸਮਾਂ ਗ੍ਰਾਫ ਤੋਂ ਕੀ ਪਤਾ ਲੱਗਦਾ ਹੈ। ਜੀ, ਦੂਰੀ ਸਮਾਂ ਗ੍ਰਾਫ ਤੋਂ ਕੀ ਪਤਾ ਲੱਗਦਾ? ਜੀ, ਵਸਤੂ ਦੀ ਚਾਲ ਆਪਾਂ ਹੁਣੇ ਪਤਾ ਕਰ ਚੁੱਕੇ ਹਾਂ। ਨੈਕਸਟ ਕੁਸ਼ਚਨ ਹੈਗਾ ਜੀ, ਇੱਕ ਸਮਾਨ ਪ੍ਰਵੇਗਿਤ ਗਤੀਆਂ ਲਈ ਵੇਗ ਸਮਾਂ ਗ੍ਰਾਫ ਕਿਸ ਤਰ੍ਹਾਂ ਹੁੰਦਾ? ਹਾਂਜੀ, ਵੇਗ ਅਤੇ ਸਮਾਂ ਦਾ ਗ੍ਰਾਫ ਜਿਹੜਾ ਕਿਸ ਤਰ੍ਹਾਂ ਹੋਵੇਗਾ ਉਹ ਆਪਾਂ ਪੜ੍ਹ ਲੈਂਦੇ ਹਾਂ। ਜੀ, ਇਸ ਤਰ੍ਹਾਂ ਜੀ ਬਣੇਗਾ ਵੇਗ ਦਾ ਅਤੇ ਸਮੇਂ ਦਾ ਗ੍ਰਾਫ। ਇਸ ਸਾਈਡ ਹੋਵੇਗਾ ਵੇਗ ਅਤੇ ਇਸ ਸਾਈਡ ਹੋਵੇਗਾ ਜੀ ਸਮਾਂ। ਇਸ ਵਿੱਚ ਕੀ ਹੋਵੇਗਾ ਕਿ ਜਿਹੜੀ ਰੇਖਾ ਬਣੇਗੀ ਉਹ ਇਸ ਤਰ੍ਹਾਂ ਬਣੇਗੀ ਜੀ, ਸਿੱਧੀ ਵੇਗ ਅਤੇ ਸਮੇਂ ਦੇ ਗ੍ਰਾਫ ਵਿੱਚ ਇਸ ਤਰ੍ਹਾਂ ਜਿਹੜੀ ਰੇਖਾ ਬਣੇਗੀ। ਨੈਕਸਟ ਕੁਸ਼ਚਨ ਕੀ ਹੈਗਾ, ਇੱਕ ਸਮਾਨ, ਹਾਂਜੀ ਆਹ ਇੱਕ ਕੁਸ਼ਚਨ ਹੈਗਾ ਜੀ, ਇੱਕ ਸਮਾਨ ਪ੍ਰਵੇਗਿਤ ਗਤੀਆਂ ਲਈ ਵੇਗ ਸਮਾਂ ਗ੍ਰਾਫ ਕਿਸ ਤਰ੍ਹਾਂ ਹੁੰਦਾ ਜੀ, ਕਿਸ ਤਰ੍ਹਾਂ ਹੋਵੇਗਾ ਇੱਕ ਸਿੱਧੀ ਰੇਖਾ ਦੀ ਤਰ੍ਹਾਂ। ਨੈਕਸਟ ਕੁਸ਼ਚਨ ਹੈਗਾ, ਪ੍ਰਵੇਗਿਤ ਗਤੀ ਦਾ ਇੱਕ ਉਦਾਹਰਨ ਦਿਓ। ਜੀ, ਪ੍ਰਵੇਗਿਤ ਗਤੀ ਦਾ ਇੱਕ ਉਦਾਹਰਨ ਕੀ ਹੈਗਾ, ਇੱਕ ਵ੍ਰਿਤੀ ਪਥ 'ਤੇ ਦੌੜਦਾ ਹੋਇਆ ਐਥਲੀਟ। ਇੱਕ ਵ੍ਰਿਤੀ ਪਥ 'ਤੇ ਦੌੜਦਾ ਹੋਇਆ ਐਥਲੀਟ ਕਹਿੰਦੀ ਉਦਾਹਰਨ ਹੈਗੀ ਜੀ ਪ੍ਰਵੇਗਿਤ ਗਤੀ ਦੀ। ਨੈਕਸਟ ਕੁਸ਼ਚਨ ਹੈਗਾ, ਇੱਕ ਐਥਲੀਟ ਨੂੰ 6 ਪੁਜੀ ਪਥ 'ਤੇ ਇੱਕੋ ਦਿਸ਼ਾ ਵਿੱਚ ਦੌੜਦੇ ਹੋਏ ਇੱਕ ਚੱਕਰ ਪੂਰਾ ਕਰਨ ਲਈ ਕਿੰਨੀ ਵਾਰੀ ਦਿਸ਼ਾ ਬਦਲਣੀ ਪਵੇਗੀ? ਹਾਂਜੀ, ਇੱਕ ਐਥਲੀਟ ਹੈਗਾ ਜਿਵੇਂ ਕਿੰਨੇ ਕਿਸ ਤਰ੍ਹਾਂ ਬਣਿਆ 6 ਪੁਜੀ ਹੈਗਾ ਜੀ ਇਸ ਤਰ੍ਹਾਂ, ਅਤੇ ਕਹਿੰਦਾ ਜੀ ਐਥਲੀਟ ਨੂੰ ਇੱਕ ਸਰਕਲ ਪੂਰਾ ਕਰਨ ਲਈ ਕਿੰਨੀ ਵਾਰੀ ਉਹਨੂੰ ਮੁੜਨਾ ਪਵੇਗਾ ਅਤੇ ਕਿੰਨੀ ਵਾਰੀ ਉਹਦੀ ਦਿਸ਼ਾ ਜਿਹੜੀ ਬਦਲਣੀ ਪਵੇਗੀ? 6 ਵਾਰੀ। ਜਿਵੇਂ ਇੱਥੇ ਆ ਕੇ ਉਹ ਫਿਰ ਦਿਸ਼ਾ ਬਦਲੇਗਾ, ਫਿਰ ਇੱਥੇ ਦਿਸ਼ਾ ਬਦਲੇਗਾ, ਇਸ ਤਰ੍ਹਾਂ ਉਹਨੂੰ ਕਿੰਨੀ ਵਾਰੀ ਆਪਣੀ ਦਿਸ਼ਾ ਬਦਲਣੀ ਪਵੇਗੀ? 6 ਵਾਰੀ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ। ਨੈਕਸਟ ਕੁਸ਼ਚਨ ਦਿੱਤਾ ਜੀ, ਜੇਕਰ ਇੱਕ ਅਥਲੀਟ ਆਰ ਅਰਧ ਵਿਆਸ ਵਾਲੇ ਬ੍ਰਿਤੀ ਪਥ ਦਾ ਇੱਕ ਚੱਕਰ ਲਗਾਉਣ ਲਈ 30 ਸੈਕਿੰਡ ਸਮਾਂ ਲੈਂਦਾ ਹੈ ਤਾਂ ਉਸ ਅਥਲੀਟ ਦਾ ਵੇਗ ਕਿੰਨਾ ਹੋਵੇਗਾ? ਹਾਂਜੀ, ਵੇਗ ਦਾ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੇਗ ਦਾ ਕੀ ਸੀ, ਵੇਗ ਇਜ਼ ਇਕੁਅਲ ਟੂ ਕੀ ਸੀ, ਵਿਸਥਾਪਨ ਬਟਾ ਸਮਾਂ। ਹਾਂਜੀ, ਇੱਕ ਚੱਕਰ ਦੀ ਗੱਲ ਕਰਿਆ, ਜਿਵੇਂ ਆਹ ਚੱਕਰ ਹੈਗਾ ਅਤੇ ਆਹ ਇਹਦਾ ਰੇਡੀਅਸ ਹੈਗਾ ਆਰ, ਅਤੇ ਆਪਾਂ ਵਿਲੋਸਟੀ ਕੱਢਣੀ ਹੈ। ਵਿਲੋਸਟੀ ਕੀ ਹੁੰਦਾ? ਵਿਸਥਾਪਨ ਬਟਾ ਸਮਾਂ। ਹਾਂਜੀ, ਪੂਰੀ ਚੱਕਰ ਦੀ ਆਪਾਂ ਦੂਰੀ ਕੱਢਣੀ ਹੈ ਤਾਂ ਵੀ ਇਜ਼ ਇਕੁਅਲ ਟੂ ਕੀ ਹੋਏਗਾ, 2πr ਅਤੇ ਬਟਾ ਟਾਈਮ। ਜੇ ਆਪਾਂ ਫੋਰਮੁਲਾ ਜਿਹੜਾ ਲਾਉਣਾ ਵਿਲੋਸਟੀ ਬਰਾਬਰ ਕੀ ਹੁੰਦਾ, ਡਿਸਪਲੇਸਮੈਂਟ ਬਟਾ ਟਾਈਮ, ਤਾਂ ਇਸ ਦੇ ਨਾਲ ਈਜ਼ੀਲੀ ਤੁਹਾਡਾ ਕੁਸ਼ਚਨ ਜਿਹੜਾ ਨਿਕਲ ਜਾਏਗਾ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ। ਨੈਕਸਟ ਕੁਸ਼ਚਨ ਦਿੱਤਾ ਜੀ, ਇੱਕ ਸਮਾਨ ਵ੍ਰਿਤੀ ਗਤੀ ਕਿਸ ਨੂੰ ਕਹਿੰਦੇ ਨੇ? ਹਾਂਜੀ, ਇੱਕ ਸਮਾਨ ਵ੍ਰਿਤੀ ਗਤੀ ਕਿਸ ਨੂੰ ਕਹਿੰਦੇ ਨੇ ਕਿ ਜਦੋਂ ਕੋਈ ਵਸਤੂ ਵ੍ਰਿਤੀ ਪਥ 'ਤੇ ਇੱਕ ਸਮਾਨ ਨਾਲ ਚੱਲਦੀ ਹੋਵੇ ਤਾਂ ਉਸਨੂੰ ਆਪਾਂ ਕੀ ਕਹਾਂਗੇ, ਇੱਕ ਸਮਾਨ ਵ੍ਰਿਤੀ ਗਤੀ। ਹਾਂਜੀ, ਕੋਈ ਵਸਤੂ ਹੈ ਜਿਹੜੀ ਵ੍ਰਿਤੀ ਗਤੀ 'ਤੇ ਇੱਕ ਸਮਾਨ ਚਾਲ ਨਾਲ ਚੱਲਦੀ ਹੋਵੇ ਤਾਂ ਉਸ ਗਤੀ ਨੂੰ ਆਪਾਂ ਕੀ ਕਹਾਂਗੇ, ਵ੍ਰਿਤੀ ਗਤੀ। ਜੀ, ਨੈਕਸਟ ਕੁਸ਼ਚਨ ਹੈਗਾ, ਵ੍ਰਿਤੀ ਗਤੀ ਦੇ ਦੋ ਉਦਾਹਰਨ ਆਪਾਂ ਦੱਸਣੇ ਨੇ, ਕਿਸੇ ਵਾਹਨ ਦੇ ਪਹੀਏ ਦੀ ਗਤੀ ਅਤੇ ਦੂਜਾ ਕੀ ਹੈ, ਰੱਸੀ ਨਾਲ ਬੰਨੇ ਹੋਏ ਪੱਥਰ ਨੂੰ ਖਿੱਚਿਤ ਤਲ 'ਤੇ ਵ੍ਰਿਤੀ ਵਿੱਚ ਘੁਮਾਉਣਾ। ਖਿਤਿਜ ਤਲ 'ਤੇ ਵ੍ਰਿਤੀ ਗਤੀ ਵਿੱਚ ਜਿਹੜਾ ਘੁਮਾਉਣਾ, ਕਹਿੰਦੀ ਉਦਾਹਰਨ ਹੈਗੀ ਜੀ ਵ੍ਰਿਤੀ ਗਤੀ ਦੀ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ। ਹਾਂਜੀ, ਨੈਕਸਟ ਕੁਸ਼ਚਨ ਕੀ ਦਿੱਤਾ ਹੋਇਆ ਕਿ ਜੇਕਰ ਕੋਈ ਵਸਤੂ ਚੱਕਰਾਕਾਰ ਪਥ 'ਤੇ ਇੱਕ ਸਮਾਨ ਚਾਲ ਨਾਲ ਚੱਲ ਰਹੀ ਹੈ ਤਾਂ ਉਸ ਦੀ ਗਤੀ ਕਿਸ ਕਿਸਮ ਦੀ ਹੋਵੇਗੀ? ਹਾਂਜੀ, ਇਹ ਸਮਾਨ 'ਤੇ ਪ੍ਰਵੇਗਿਤ ਗਤੀ ਕਿਸ ਤਰ੍ਹਾਂ, ਜੇ ਚੱਕਰ 'ਤੇ ਚੱਲ ਰਹੀ ਹੈ ਤਾਂ ਉਹਦੀ ਗਤੀ ਜਿਹੜੀ ਕੀ ਹੋਵੇਗੀ, ਇਹ ਸਮਾਨ ਹੋਵੇਗੀ, ਕਿਉਂਕਿ ਇਸ ਵਿੱਚ ਹਰ ਪਥ 'ਤੇ ਜਿਵੇਂ ਇਸ ਤਰ੍ਹਾਂ ਉਹਦੀ ਪੋਜੀਸ਼ਨ ਜਿਹੜੀ ਚੇਂਜ ਹੁੰਦੀ ਜਾਵੇਗੀ ਇਸ ਤਰ੍ਹਾਂ, ਕਿਉਂਕਿ ਉਹ ਗੋਲ ਗੋਲ ਘੁੰਮ ਰਹੀ ਹੈ ਤਾਂ ਉਹਦੀ ਕਿਹੜੀ ਜਿਹੜੀ ਗਤੀ ਕੀ ਹੋਏਗੀ, ਇਸ ਸਮਾਨ 'ਤੇ ਪ੍ਰਵੇਗਿਤ। ਨੈਕਸਟ ਕੁਸ਼ਚਨ ਹੈਗਾ, ਜਿਵੇਂ ਇੱਕ ਵਸਤੂ ਆਰ ਅਰਧ ਵਿਆਸ ਵਾਲੇ ਵ੍ਰਿਤੀ ਪਥ 'ਤੇ ਗਤੀ ਕਰ ਰਹੀ ਹੈ ਇੱਕ ਪੂਰਾ ਚੱਕਰ ਲਗਾਉਣ ਵਿੱਚ, ਇਸ ਦੀ ਕੁੱਲ 'ਤੇ ਹੋਈ ਦੂਰੀ ਅਤੇ ਵਿਸਥਾਪਨ ਪਤਾ ਕਰੋ। ਜਿਵੇਂ ਆਹ ਕੋਈ ਚੱਕਰ ਹੈਗਾ ਜੀ, ਆਹ ਇਹਦਾ ਅਰਧ ਵਿਆਸ ਹੈਗਾ ਆਰ, ਅਤੇ ਫਸਟ ਕੀ ਦਿੱਤਾ, ਜਿਵੇਂ ਇਸ ਪੁਆਇੰਟ ਤੋਂ ਇਹਨੇ ਚੱਲਣਾ ਸਟਾਰਟ ਕੀਤਾ, ਇਸ ਪੁਆਇੰਟ ਤੋਂ ਇਹਨੇ ਵਸਤੂ ਨੇ ਚੱਲਣਾ ਸਟਾਰਟ ਕਰ ਦਿੱਤਾ ਇਸ ਤਰ੍ਹਾਂ, ਅਤੇ ਆ ਪੂਰਾ ਚੱਕਰ ਲਗਾ ਕੇ ਵਾਪਿਸ ਇਸੇ ਪੁਆਇੰਟ 'ਤੇ ਆ ਗਈ। ਆਪਾਂ ਦੋ ਚੀਜ਼ਾਂ ਦੱਸਣੀਆਂ, ਫਸਟ ਹੈਗਾ ਵਿਸਥਾਪਨ, ਡਿਸਪਲੇਸਮੈਂਟ। ਡਿਸਪਲੇਸਮੈਂਟ ਕੀ ਹੈਗਾ ਸੀ ਕਿ ਮਤਲਬ ਅੰਤਿਮ ਪੁਆਇੰਟ ਤੋਂ ਅਤੇ ਸਟਾਰਟਿੰਗ ਪੁਆਇੰਟ ਦੇ ਵਿਚਕਾਰ
मिनीम जी दूरी होंगी आप विस्थापन कहते हैं, तो देखो इनकी मिनीम दूरी की होगी, इतों स्टार्ट होकर इतने वापस आ गई तो मिनीम दूरी इनकी हो जाएगी जीरो। तो कुल तय कि दूरी आप पूरी दूरी कटनी है तो फॉर्मूला ला देना जी 2πr का, क्योंकि चक्कर है तो इनका कि पूरा की हो जाएगा 2πr, आकी हो जाएगी दूरी डिस्टेंस ते विस्थापन डिस्प्लेसमेंट इनका की हो जाएगा जीरो, क्योंकि वापस उस पॉइंट ते आ जाता है। नैक्सट क्वेश्चन की हैगा, एक क्रिकेटर खिडारी गेंद नू उपर वल उपर सुट के फिर पकड़ लेंदा है, दसो गेंद का विस्थापन कितना होगा जी। बिल्कुल उवें हैगा क्वेश्चन, जिवें कोई व्यक्ति हैगा इतों गेंद नू उछालदा है, इतने गेंद आ जाती तो वापस उत्थे पकड़ लेंदा है, तो आप विस्थापन ही दसना है। विस्थापन की है, आ जिहड़ा इनिशियल पॉइंट हैगा ते आ फाइनल पॉइंट हैगा, दोनों के विचकार वापस उत्थे ही आ जाता है इनिशियल ते। तो आप हमने विस्थापन की डेफिनेशन पढ़ी सी कि अंतिम बिंदु ते स्टार्टिंग बिंदु के विचकार मिनिमम जिहड़ी दूरी होवे उहनूं विस्थापन कहिंदे आ, ते कुल विस्थापन की होगा जीरो, क्योंकि इस प्रक्रिया दौरान गेंद अपनी मुढ़ली स्थिति ते आ जाती है। नैक्सट क्वेश्चन की हैगा, दूरी समा ग्राफ की ढाल की दसदी है। हाँ जी फिर तो रिपीट हो गया, की दसदी है जी वस्तु की चाल। नैक्सट क्वेश्चन वाल चलते हैं। नैक्सट क्वेश्चन है, कोई वस्तु सूरज दे आले दुआले स्थिर चाल नाल चक्राकार पथ ते चल रही है, इसकी गति प्रवेगित है या नहीं। हाँ जी वस्तु की गति की दिशा लगातार समय नाल बदलती है, तो इसकी गति जिहड़ी की होगी प्रवेगित। नैक्सट क्वेश्चन वाल चलते हैं। हाँ जी नैक्सट क्वेश्चन की दिता है, घड़ी की सैकेंड वाली सूई के सिरे की गति कहोजी होंगी है, कहोजी होंगी जी चक्राकार वृत्ति गति होंगी है, घड़ी के सैकेंड की सूई के सिरे की गति कहोजी होगी, एक चक्राकार वृत्ति गति होगी। नैक्सट क्वेश्चन की दिता जी, जेकर कोई ट्रक 2 घंटे 100 किलोमीटर की दूरी तय करे तो उसकी औसत चाल की होगी। इस तरह थोड़े को क्वेश्चन पूछे जा सकते हैं, तो औसत चाल की होंगी है कुल दूरी बटा कुल समय, कुल दूरी कितनी है 100 किलोमीटर, तो कुल समय कितना 2 घंटे, तो औसत चाल की आ जाएगी 50 किलोमीटर प्रति घंटा। नैक्सट हाँ जी नैक्सट क्वेश्चन की दिता है, प्रकाश की चाल 3×10⁸ मीटर पर सैकेंड है, 1 किलोमीटर पर घंटे कितनी होगी। हाँ जी प्रकाश की चाल दी हुई आप किलोमीटर प्रति घंटे कढ़नी है, जी मीटर पर सैकेंड दिता हो तो किलोमीटर प्रति घंटे कढ़नी है, तो आप करते हैं 18/5 नाल मल्टीप्लाई करते हैं। किवें याद करना जी, जेकर छोटी वैल्यू तो जिमें मीटर पर सैकेंड छोटी वैल्यू है, छोटी वैल्यू तो आप वड्डी वल चाहिए तो की करना है 18/5 नाल मल्टीप्लाई करना है, तो जेकर किलोमीटर वड्डी हैगी है, किलोमीटर तो आपां नूं पूछा जाए कि मीटर पर सैकेंड से बदलो, तो आप की करना जी 5/18 नाल मल्टीप्लाई करना है। जी आप वेखो जी तुसीं कट हो गए, तो 18/5 इन्ना ही आ गया कि आप मीटर पर सैकेंड नूं किलोमीटर से चेंज करना, तो 18/5 नाल मल्टीप्लाई करांगे कि वैल्यू आ जाएगी 1.8×10⁻¹ किलोमीटर पर आवर। नैक्सट क्वेश्चन वाल चलते हैं जी। हाँ जी नैक्सट क्वेश्चन की दिता है, जेकर किसी वाहन की चाल 3 घंटे विराम अवस्था तो 60 किलोमीटर प्रति घंटा हो जाए तो उसका प्रवेग की होगा। हाँ जी प्रवेग पता करना है, यानी कि एक्सलेशन पता करना है। एक्सलेशन की होंगे चेंज इन वेलोसिटी बटा टाइम, यानी कि फाइनल वेलोसिटी माइनस इनिशियल वेलोसिटी बटा टाइम। जी फाइनल वेलोसिटी पता करिए, जिवें कोई वस्तु है इतों चलनी स्टार्ट करके इतने तक इन्हें जी अपनी स्पीड कितनी कर ली 60 किलोमीटर प्रति घंटा इन्हें स्पीड कर ली। हम जो चली सी जो शुरुआती वेग है वह तो 0 है, तो शुरुआती वेग 0 है, फाइनल कितना हो गया 60 किलोमीटर प्रति घंटा। फॉर्मूला की हैगा सी फाइनल माइनस इनिशियल बटा टाइम। हाँ जी फाइनल कितना है 60 माइनस शुरुआती कितना है 0 ते बटा टाइम, टाइम कितना है 3 घंटे, 3 कटांगे तो आ जाएगा जी 20 किलोमीटर ते प्रति घंटे की जी पावर 2 हो जाएगी जी। क्यों हो जाएगी जी, एक इतने पे जी तो इन आप चेंज करांगे वही हो जाएगा जी, इन किलोमीटर जी आप जेकर मीटर पर सैकेंड जो चेंज करिए, तो हमने आप पढ़िया कि वड्डी वैल्यू तो छोटी वल जाइए तो की करते हैं 5/18 नाल मल्टीप्लाई करते हैं, तो 5/18 नाल मल्टीप्लाई करांगे तो मीटर पर सैकेंड स्केयर वाली इनकी वैल्यू आ जाएगी जी। नैक्सट क्वेश्चन की दिता है। हाँ जी नैक्सट क्वेश्चन की दिता है, गीता सवेरे 7 बजे स्कूल गई और दोपहर 1:30 ते वापस घर आ गई, उसका विस्थापन ज्ञात करो। हाँ जी गीता इतने खड़ी है, जिमें स्कूल है, सवेरे 7 बजे गई तो 1:30 ते वापस घर आ गई।
ਜੇ ਵਾਪਸ ਉਸੇ ਪੋਜੀਸ਼ਨ 'ਤੇ ਆ ਗਈ ਤਾਂ ਇਹਦਾ ਵਿਸਥਾਪਨ ਕੀ ਹੋ ਜਾਏਗਾ? ਜ਼ੀਰੋ। ਜੇਕਰ ਪੁੱਛਿਆ ਜਾਵੇ ਇਹਦਾ ਡਿਸਟੈਂਸ ਕੀ ਹੋਏ, ਜਿਵੇਂ ਡਿਸਟੈਂਸ ਘਰ ਤੋਂ ਸਕੂਲ 'ਤੇ ਕਹੇਗਾ ਸੀ 10 ਕਿਲੋਮੀਟਰ, ਅਤੇ ਡਿਸਟੈਂਸ ਕੀ ਹੋ ਜਾਏਗਾ ਜਾ ਕੇ ਵਾਪਸ ਆਈਏ ਤਾਂ ਡਿਸਟੈਂਸ ਹੋ ਜਾਏਗਾ ਜੀ 20 ਕਿਲੋਮੀਟਰ। ਇਹ ਗੱਲ ਵੀ ਤੁਸੀਂ ਧਿਆਨ ਰੱਖਣੀ ਹੈ। ਨੈਕਸਟ ਕੁਸ਼ਚਨ ਕੀ ਹੈਗਾ? ਸੁਧੀਰ 300 ਮੀਟਰ ਦੀ ਦੂਰੀ ਨੂੰ 15 ਸੈਕਿੰਡ ਵਿੱਚ ਪੂਰਾ ਕਰਦਾ, ਉਸਦਾ ਵੇਗ ਕਿੰਨਾ ਹੋਵੇਗਾ? ਇਸ ਤਰ੍ਹਾਂ ਦੇ ਕੁਸ਼ਚਨ ਪੁੱਛੇ ਜਾ ਸਕਦੇ ਨੇ। ਵੇਗ ਆਪਾਂ ਜਿਵੇਂ ਵਿਲੋਸਟੀ ਪਤਾ ਕਰਨੀ ਹੈ, ਵਿਲੋਸਟੀ ਕੀ ਹੁੰਦਾ? ਤੈਅ ਕੀਤੀ ਹੋਈ ਦੂਰੀ ਵਟਾ ਸਮਾਂ। ਤੈਅ ਕੀਤੀ ਹੋਈ ਦੂਰੀ ਕਿੰਨੀ ਹੈ? 300 ਮੀਟਰ। ਸਮਾਂ ਕਿੰਨਾ ਹੈ? 15 ਸੈਕਿੰਡ। ਕੀ ਹੋ ਜਾਏਗਾ ਜੀ? 20 ਮੀਟਰ ਪਰ ਸੈਕਿੰਡ ਇਹਦਾ ਜਿਹੜਾ ਆਂਸਰ ਹੋ ਜਾਏਗਾ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ। ਹਾਂਜੀ, ਨੈਕਸਟ ਕੁਸ਼ਚਨ ਕੀ ਦਿੱਤਾ ਹੋਇਆ? ਤੁਹਾਡੀ ਸਾਈਕਲ 20 ਸੈਕਿੰਡ ਵਿੱਚ 5 ਮੀਟਰ ਪਰ ਸੈਕਿੰਡ ਦੀ ਚਾਲ ਪ੍ਰਾਪਤ ਕਰਦੀ ਹੈ, ਸਾਈਕਲ ਦਾ ਪ੍ਰਵੇਗ ਯਾਨੀ ਕਿ ਐਕਸਲੇਸ਼ਨ ਪਤਾ ਕਰੋ। ਹਾਂਜੀ, 20 ਸੈਕਿੰਡ ਵਿੱਚ 5 ਮੀਟਰ ਪਰ ਸੈਕਿੰਡ ਜਿਹੜੀ ਚਾਲ ਪ੍ਰਾਪਤ ਕਰਦੀ। ਹਾਂਜੀ, ਟਾਈਮ ਦਿੱਤਾ ਹੋਇਆ, ਟਾਈਮ ਕਿੰਨਾ ਹੈਗਾ? 20 ਸੈਕਿੰਡ। ਅਤੇ ਜਿਹੜੀ ਆਪਾਂ ਨੂੰ ਦਿੱਤੀ ਹੈ ਫਾਈਨਲ ਵਿਲੋਸਟੀ ਯਾਨੀ ਵੀ, ਛੋਟੀ ਵੀ ਪਤਾ ਹੈ ਕਿੰਨਾ, 5 ਮੀਟਰ ਪਰ ਸੈਕਿੰਡ। ਅਤੇ ਯੂ ਦਾ ਆਪਾਂ ਨੂੰ ਪਤਾ ਹੈ 0 ਹੋਵੇਗਾ ਕਿਉਂਕਿ ਸ਼ੁਰੂਆਤੀ ਵੇਗ 0 ਹੁੰਦਾ, ਤਾਂ ਆਪਾਂ ਪੁੱਟ ਕਰ ਦਾਂਗੇ ਫੋਰਮੂਲੇ 'ਚ। ਫਾਈਨਲ ਵਿਲੋਸਟੀ ਕਿੰਨੀ ਹੈ? 5। ਇਨੀਸ਼ੀਅਲ ਕਿੰਨੀ ਹੈਗੀ? 0। ਅਤੇ ਟਾਈਮ ਦਿੱਤਾ ਹੋਇਆ 20 ਸੈਕਿੰਡ, ਕੱਟ ਕੇ ਆਂਸਰ ਕਿੰਨਾ ਆ ਜਾਏਗਾ? 0.25 ਮੀਟਰ ਪਰ ਸੈਕਿੰਡ ਸਕੇਅਰ। ਨੈਕਸਟ ਕੁਸ਼ਚਨ ਕੀ ਹੈਗਾ? ਕਿਸੇ ਗਤੀਸ਼ੀਲ ਵਸਤੂ ਦਾ ਇੱਕ ਸਮਾਂ ਅੰਤਰਾਲ ਵਿੱਚ ਵਿਸਥਾਪਨ 0 ਹੈ, ਕੀ ਉਸ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ 0 ਹੋਵੇਗੀ? ਸਪਸ਼ਟ ਕਰੋ। ਹਾਂਜੀ, 0 ਨਹੀਂ ਹੋਵੇਗੀ। ਆਪਾਂ ਨੂੰ ਪਤਾ ਹੈ ਭਾਵੇਂ ਗਤੀਸ਼ੀਲ ਵਸਤੂ ਦੁਬਾਰਾ ਆਪਣੀ ਆਰੰਭਿਕ ਸਥਿਤੀ 'ਤੇ ਵਾਪਸ ਆ ਜਾਂਦੀ ਹੈ, ਪਰ ਕਿ ਫਿਰ ਵੀ ਉਸ ਦੁਆਰਾ ਤੈਅ ਕੀਤੀ ਗਈ ਦੂਰੀ 0 ਨਹੀਂ ਹੋਵੇਗੀ। ਇਸ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਕਿ ਜਿਹੜਾ ਡਿਸਟੈਂਸ ਹੈ ਉਹ 0 ਨਹੀਂ ਹੋਵੇਗਾ। ਜਿਵੇਂ ਆਪਾਂ ਕਰ ਚੁੱਕੇ ਹਾਂ, ਕੋਈ ਵਿਅਕਤੀ ਹੈ ਸਕੂਲ ਜਾ ਕੇ ਵਾਪਸ ਘਰ ਆ ਜਾਂਦਾ ਤਾਂ ਉਹਦਾ ਵਿਸਥਾਪਨ ਤਾਂ 0 ਹੋ ਜਾਏਗਾ, ਪਰ ਉਹਦਾ ਡਿਸਟੈਂਸ 0 ਨਹੀਂ ਹੋਵੇਗਾ। ਨੈਕਸਟ ਕੁਸ਼ਚਨ ਕੀ ਹੈਗਾ ਜੀ? ਧਰਤੀ ਅਤੇ ਚੰਨ ਦੀ ਗਤੀ ਕਿਸ ਤਰ੍ਹਾਂ ਦੀ ਗਤੀ ਹੈ? ਉਦਾਹਰਣ ਕਿਸ ਤਰ੍ਹਾਂ ਦੀ ਗਤੀ ਦੀ ਉਦਾਹਰਣ ਹੈਗੀ ਹੈ? ਤਾਂ ਇੱਕ ਸਮਾਨ ਵਿੱਤੀ ਗਤੀ ਦੀ ਉਦਾਹਰਣ ਹੈਗੀ। ਨੈਕਸਟ ਕੁਸ਼ਚਨ ਕੀ ਹੈਗਾ? ਵਿਸਥਾਪਨ ਨੂੰ ਤੁਸੀਂ ਕਿਸ ਤਰ੍ਹਾਂ ਦੀ ਰਾਸ਼ੀ ਮੰਨਦੇ ਹੋ, ਸਕੇਲਰ ਜਾਂ ਵੈਕਟਰ? ਇਸ ਤਰ੍ਹਾਂ ਦੇ ਕੁਸ਼ਚਨ ਆਉਣਗੇ ਜੀ ਤੁਹਾਨੂੰ, ਅਤੇ ਤੁਸੀਂ ਉਹ ਟਿਕ ਦੇ ਨਾਲ ਯਾਦ ਕਰਨੇ ਆ, ਸਕੇਲਰ ਕੁਆਂਟਿਟੀ ਅਤੇ ਵੈਕਟਰ ਕੁਆਂਟਿਟੀ। ਹਾਂਜੀ, ਕੀ ਹੈ ਵਿਸਥਾਪਨ? ਕੀ ਹੈਗਾ? ਇੱਕ ਵੈਕਟਰ ਕੁਆਂਟਿਟੀ ਹੈ। ਆਪਾਂ ਕਰ ਚੁੱਕੇ ਹਾਂ ਕਿ ਵਿਸਥਾਪਨ ਇੱਕ ਵੈਕਟਰ ਕੁਆਂਟਿਟੀ ਹੈ, ਇਸ ਦੇ ਲਈ ਆਪਾਂ ਨੂੰ ਦਿਸ਼ਾ ਦੀ ਜ਼ਰੂਰਤ ਪੈਂਦੀ ਹੈ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਹਾਂਜੀ, ਨੈਕਸਟ ਕੁਸ਼ਚਨ ਕੀ ਦਿੱਤਾ ਹੋਇਆ? ਦੂਰੀ ਕਿਸ ਤਰ੍ਹਾਂ ਦੀ ਰਾਸ਼ੀ ਹੈ, ਸਕੇਲਰ ਜਾਂ ਵੈਕਟਰ? ਤਾਂ ਦੂਰੀ ਡਿਸਟੈਂਸ ਜਿਹੜਾ ਆਪਾਂ ਪੜ੍ਹ ਚੁੱਕੇ ਹਾਂ, ਡਿਸਟੈਂਸ ਕਿਸ ਤਰ੍ਹਾਂ ਦੀ ਹੈਗੀ ਹੈ? ਇੱਕ ਸਕੇਲਰ ਯਾਨੀ ਕਿ ਅਦਿਸ਼ ਰਾਸ਼ੀ ਹੈਗੀ ਹੈ। ਨੈਕਸਟ ਕੁਸ਼ਚਨ ਹੈਗਾ ਜੀ, ਹਵਾ ਵਿੱਚ ਧੁਨੀ ਦੀ ਚਾਲ ਕਿੰਨੀ ਹੁੰਦੀ ਹੈ? ਤਾਂ ਹਵਾ ਵਿੱਚ ਧੁਨੀ ਦੀ ਚਾਲ ਕਿੰਨੀ ਹੈ? 340 ਮੀਟਰ ਪਰ ਸੈਕਿੰਡ। ਕਈ ਵਾਰੀ ਤੁਹਾਨੂੰ 344 ਵੀ ਲਿਖਿਆ ਹੋਇਆ ਆ ਸਕਦਾ ਹੈ, ਤਾਂ ਇਹ ਵੀ ਸਹੀ ਹੋਵੇਗਾ। ਨੈਕਸਟ ਕੁਸ਼ਚਨ ਕੀ ਹੈਗਾ? ਅਸਮਾਨ ਚਾਲ ਨਾਲ ਚੱਲਣ ਵਾਲੇ ਵਾਹਨ ਦਾ ਦੂਰੀ ਸਮਾਂ ਗ੍ਰਾਫ ਦਾ ਆਕਾਰ ਕਿਹੋ ਜਿਹਾ ਹੋਵੇਗਾ? ਹਾਂਜੀ, ਅਸਮਾਨ ਚਾਲ ਦੱਸਿਆ ਗਿਆ ਜੀ। ਅਸਮਾਨ ਚਾਲ ਵਿੱਚ ਜੇਕਰ ਆਪਾਂ ਦੂਰੀ ਅਤੇ ਸਮੇਂ ਦਾ ਗ੍ਰਾਫ ਦੀ ਗੱਲ ਕਰੀਏ ਤਾਂ ਗ੍ਰਾਫ ਇਸ ਤਰ੍ਹਾਂ ਦਾ ਹੋਵੇਗਾ ਜੀ, ਕੁਝ ਇਸ ਤਰ੍ਹਾਂ ਦਾ ਕੀ ਹੋਵੇਗਾ? ਇੱਕ ਵੱਕਰ ਰੇਖਾ ਆਕਾਰ ਦਾ ਹੋਵੇਗਾ, ਅਸਮਾਨ ਚਾਲ ਨਾਲ ਚੱਲਣ ਵਾਲੇ ਵਾਹਨ ਦਾ। ਨੈਕਸਟ ਕੁਸ਼ਚਨ ਕੀ ਹੈਗਾ? ਚੱਕਰਾਕਾਰ ਵਿੱਤੀ ਗਤੀ ਨੂੰ ਗਤੀ ਕਿਸ ਨੂੰ ਕਹਿੰਦੇ ਨੇ? ਹਾਂਜੀ, ਚੱਕਰਾਕਾਰ ਵਿੱਤੀ ਗਤੀ, ਜਦੋਂ ਕੋਈ ਵਸਤੂ ਚੱਕਰਾਕਾਰ ਪਥ 'ਤੇ ਗਤੀ ਕਰਦੀ ਹੋਏ ਤਾਂ ਉਸਨੂੰ ਕੀ ਕਹਾਂਗੇ ਜੀ ਆਪਾਂ? ਚੱਕਰਾਕਾਰ ਵਿੱਤੀ ਗਤੀ। ਪਹਿਲਾਂ ਵੀ ਸ਼ਾਇਦ ਰਿਪੀਟ ਹੋ ਚੁੱਕਿਆ ਕੁਸ਼ਚਨ। ਹਾਂਜੀ, ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਵੱਧ ਤੋਂ ਵੱਧ ਜਿਹੜੇ ਆਪਣੇ ਦੋਸਤਾਂ ਅੱਗੇ ਸ਼ੇਅਰ ਕਰੋ ਜੀ। ਨੈਕਸਟ ਕੁਸ਼ਚਨ ਪੜ੍ਹਦੇ ਹਾਂ, ਕੋਣੀ ਵੇਗ ਕਿਸ ਨੂੰ ਕਹਿੰਦੇ ਨੇ? ਹਾਂਜੀ, ਕੋਣੀ ਵੇਗ ਕਿਸ ਨੂੰ ਕਹਿੰਦੇ ਨੇ? ਕੀ ਕਹਿੰਦੇ ਜੀ? ਚੱਕਰਾਕਾਰ ਪਥ 'ਤੇ ਗਤੀ ਕਰਦੀ ਹੋਈ ਵਸਤੂ ਦਾ ਕੋਈ ਵਿਸਥਾਪਨ ਤੈਅ ਕਰਨ ਦੀ ਦਰ ਨੂੰ ਉਸ ਵਸਤੂ ਦਾ ਕੋਣੀ ਵੇਗ ਕਹਿੰਦੇ ਨੇ। ਫਿਰ ਤੋਂ ਰਿਪੀਟ ਕਰਦੇ ਹਾਂ, ਚੱਕਰਾਕਾਰ ਵਿੱਤੀ ਪਥ 'ਤੇ ਗਤੀ ਕਰਦੀ ਹੋਈ ਵਸਤੂ ਦਾ ਕੋਈ ਵਿਸਥਾਪਨ ਤੈਅ ਕਰਨ ਦੀ ਦਰ ਨੂੰ ਆਪਾਂ ਕੀ ਕਹਿੰਦੇ ਹਾਂ? ਕੋਣੀ ਵੇਗ। ਇਸ ਨੂੰ ਜਿਹੜਾ ਕਿਹਦੇ ਨਾਲ ਆਪਾਂ ਡਿਨੋਟ ਕਰਦੇ ਹਾਂ ਜੀ? ਓਮੇਗਾ ਨਾਲ ਪ੍ਰਦਰਸ਼ਿਤ ਇਹਨੂੰ ਕੀਤਾ ਜਾਂਦਾ ਹੈ। ਓਮੇਗਾ ਇਜ਼ ਇਕੁਅਲ ਟੂ ਕੀ ਹੁੰਦਾ ਜੀ? ਥੀਟਾ ਬਟਾ ਟੀ। ਆ ਜਿਹੜਾ ਫੋਰਮਾ ਤੁਸੀਂ ਯਾਦ ਰੱਖਣਾ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਹਾਂਜੀ, ਨੈਕਸਟ ਕੁਸ਼ਚਨ ਕੀ ਦਿੱਤਾ ਹੈ ਕਿ ਜੇਕਰ ਕੋਈ ਵਸਤੂ 25 ਮੀਟਰ ਪ੍ਰਤੀ ਸੈਕਿੰਡ 'ਤੇ ਇੱਕ ਸਮਾਨ ਵੇਗ ਨਾਲ ਗਤੀ ਕਰ ਰਹੀ ਹੈ ਤਾਂ 5 ਸੈਕਿੰਡ ਦੇ ਬਾਅਦ ਉਸਦਾ ਵੇਗ ਕਿੰਨਾ ਹੋਵੇਗਾ? ਹਾਂਜੀ, 5 ਸੈਕਿੰਡ ਦੇ ਬਾਅਦ ਵਸਤੂ ਦਾ ਵੇਗ 25 ਮੀਟਰ ਪ੍ਰਤੀ ਸੈਕਿੰਡ ਹੀ ਰਹੇਗਾ ਕਿਉਂਕਿ ਉਹ ਵਸਤੂ ਇੱਕ ਸਮਾਨ ਵੇਗ ਨਾਲ ਗਤੀ ਕਰ ਰਹੀ ਸੀ। ਹਾਂਜੀ, ਬਿਲਕੁਲ ਕਲੀਅਰ ਹੈਗਾ ਜੀ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ। ਹਾਂਜੀ, ਅੱਜ ਦਾ ਲਾਸਟ ਕੁਸ਼ਚਨ ਹੈਗਾ, ਦੋ ਸਾਈਕਲ ਯਾਤਰੀ ਉਲਟ ਦਿਸ਼ਾ ਵਿੱਚ ਚੱਲਦੇ ਹੋਏ 1 ਘੰਟੇ ਵਿੱਚ ਇੱਕੋ ਜਿੰਨੀ ਦੂਰੀ ਐਸ ਤੈਅ ਕਰਦੇ ਹਨ। ਜੇਕਰ ਸਾਈਕਲ ਯਾਤਰੀ ਉੱਤਰ ਦੱਖਣ ਦਿਸ਼ਾ ਵੱਲ
चल रहे हैं तो एक घंटे उन्हों का विस्थापन की होगा जी। दो साइकिल यात्री ने पॉइंट इस तो चल रहे हैं, एक उत्तर दिशा विच ते एक दक्षण दिशा विच चल रहे हैं, तो दोनों की है इको जिनी दूरी तय करते हैं, एक घंटे विच इको जिनी दूरी करते हैं, जिमें कि आ दसया गया उत्तर ते दक्षण विच। ते की कहंदा जी, मन लो यात्री ने एक घंटे विच एक्स दूरी तय की है, जिमें ऐसे यात्री ने एक घंटे विच एक्स की है तो इन्हें भी बराबरी की होनी है एक्स, तो इन दोवें यात्रियों की कुल विस्थापन कितना हो जाएगा जी, की हो जाएगा 2x किलोमीटर। हाँ जी, विस्थापन कितना हो जाएगा 2x, क्योंकि विस्थापन की होंगे कि इस पॉइंट तो लेके तो इस पॉइंट तक की जी दूरी होगी टोटल, उन्होंने आप कहेंगे विस्थापन कहेंगे जी। ये दोवें यात्रियों द्वारा कुल विस्थापन कितना हो जाएगा 2x। हाँ जी, आज की वीडियो इतने ही समाप्त करते हैं। जेकर तुहानू वीडियो चंगी लगी है तो वीडियो को लाइक करो, तो वध जिहड़े अपने दोस्तों अगे शेयर करो, फेसबुक इंस्टाग्राम वट्सएप जिथे भी तुसी कर सकते हो वध तो वध शेयर करो जी। तो वीडियो के कमेंट बॉक्स जरूर कमेंट करके दसना कि तुहानू वीडियो अज की किदां दी लगी है जी। तो नैक्सट वीडियो जल्द तो जल्द मैं तुहाडे अगे लेके आवांगा, तुसी बस टारगेट जिहड़ा याद करना है। टारगेट की हैगा सी जी अज की वीडियो का, 2K जिहड़े लाइक का जिहड़ा अपना टारगेट हैगा जी। हाँ जी, मिलते हैं नैक्सट वीडियो से, उदों तक के लिए टेक केयर।